ਸ਼ਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੇ ਚੱਲੈ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ। ਰਾਗ ਜਿਹੜੇ ਨੇ ਇਹਨਾਂ ਦੇ ਬਾਰੇ ਵੀ ਇਹਦੇ ਵਿੱਚ 12 ਦੇ ਵਿੱਚ ਕੁਝ ਥੋੜਾ ਬਹੁਤ ਜਾਣਕਾਰੀ ਦਿੱਤੀ ਹੋਈ ਹੈ। ਗੌੜੀ ਰਾਗ ਜਿਹੜਾ ਗੁਰਮਤਿ ਦਾ ਰਾਗ ਹੈ ਨਾ, ਤੇ ਗੁਰਮਤ ਗੌੜੀ ਰਾਗ ਦੇ ਵਿੱਚ ਅਸੀਂ ਐਕਸਪਲੇਨ ਕਰਦੀ ਹੋਵੇ ਕੋਈ ਗਾਵੇ ਇਹਨੂੰ ਗੌੜੀ ਰਾਗ ਅਸਲ ਦੇ ਵਿੱਚ ਜਦੋਂ ਆਦਮੀ ਦੀ ਸੋਚ ਧਿਆਨ ਪਲਟਦਾ ਨਾ, ਧਿਆਨ ਪਲਟ ਜਾਣਾ ਤੇ ਆਨ ਪਲਟ ਨਾਲ ਰਾਗ ਗੌੜੀ ਸ਼ੁਰੂ ਹੁੰਦਾ। ਜਿਵੇਂ ਪਹਿਲਾਂ ਸਾਡਾ ਫਰਮਾਇਆ ਕਿ ਧਿਆਨ ਹੈ, ਜਿਹੜੀ ਮੂਰਤੀ ਦੇ ਵਿੱਚ ਧਿਆਨ ਹੈ, ਕਹਿ ਲਓ ਮੂਰਤੀ ਪੂਜਾ ਕਰਦੇ ਨਾ ਲੋਕ, ਮਾਇਆ ਦੀ ਸਰੀਰ ਦੀ ਬਾਹਰਲੇ ਸਰੀਰ ਦੀ ਪੂਜਾ ਆ ਗਈ ਨਾ, ਉਹ ਜੜ ਪੂਜਾ। ਜਦੋਂ ਚੇਤਨ ਨਾਲ ਕਰਨਾ ਨਾ ਅਸੀਂ ਪਲਟਣਾ, ਚੇਤਨ ਵੱਲ ਧਿਆਨ ਕਰਨਾ, ਉਹ ਗੌਰ ਜਿਹੜੀ ਸਾਡੀ ਸੀ ਧਿਆਨ ਪਲਟ ਗਿਆ। ਜਿਹਦਾ ਧਿਆਨ ਪਲਟ ਜਾਵੇ ਉਹਦਾ ਗੌੜੀ ਰਾਗ ਸ਼ੁਰੂ ਹੋ ਗਿਆ ਔਰ ਉਹ ਸੁਲੱਖਣੀ ਹੈ। ਹੁਣ ਲੱਛਣ ਚੰਗੇ ਨੇ, ਆਪਾਂ ਕਹਿ ਦੋ ਵੀ ਤੇਰੇ ਲੱਛਣ ਵੀ ਚੰਗੇ ਲੱਛਣ ਨਾ, ਬਈ ਇਹਦਾ ਰਿਜ਼ਲਟ ਜਿਹੜਾ ਤੇਰਾ ਧਿਆਨ ਹੈ, ਜਿੱਧਰ ਆਪਾਂ ਬੱਚੇ ਨੂੰ ਕਹਿ ਦਈਏ ਜਿੱਧਰ ਤੇਰਾ ਭਾਈ ਧਿਆਨ ਹੈ ਉਹ ਪੜ੍ਹਾਈ ਵੱਲ, ਤੈਂ ਪੜ੍ਹਾਈ ਕਰਦੀ ਸੀ, ਤੂੰ ਤੇਰਾ ਧਿਆਨ ਪੜ੍ਹਾਈ ਵੱਲ ਹੈ ਜੀ, ਖੇਡ ਵੱਲ ਹੈ ਆ ਕਿਸੇ ਹੋਰ ਪੜ੍ਹਾਈ ਵੱਲ ਨਹੀਂ ਹੈ, ਹੋਰ ਕਿਤੇ ਵੀ ਹੋਵੇ ਇਹ ਲੱਛਣ ਠੀਕ ਨਹੀਂ, ਕੋਈ ਇਹਦਾ ਰਿਜ਼ਲਟ ਠੀਕ ਨਹੀਂ ਆਉਣਾ। ਗੌੜੀ ਰਾਗ ਜੇ ਸ਼ੁਰੂ ਹੋ ਜਾਵੇ ਕਿਸੇ ਦੀ ਧਿਆਨ ਬਦਲ ਜਾਵੇ ਪਲਟ ਜਾਵੇ, ਮਾਇਆ ਤੋਂ ਉੱਪਰ ਚਲਾ ਜਾਵੇ ਧਿਆਨ ਉੱਠ ਜਾਵੇ, ਜੇ ਮਾਇਆ ਤੋਂ ਉੱਪਰ ਉੱਠ ਗਿਆ ਨਾ, ਮਾਇਆ ਹੈਗੀ ਭਵ ਸਾਗਰ ਸੁਖ ਸਾਗਰ ਬੁਆਰੇ। ਅੱਛਾ, ਭਵ ਸਾਗਰ ਸੁਖ ਸਾਗਰ ਦੇ ਅੰਦਰ ਇਹਦੀ ਜੋ ਰਚਨਾ ਹੈ ਪਰਮੇਸ਼ਰ ਦੇ ਅੰਦਰ ਹੈ, ਪਰਮੇਸ਼ਰ ਤਾਂ ਸਰਵ ਵਿਆਪੀ ਹੈ, ਰਚਨਾ ਸਰਵ ਵਿਆਪੀ ਹੈ, ਰਚਨਾ ਵੀ ਸਰਵ ਵਿਆਪੀ ਹੈ। ਜੇ ਅਸੀਂ ਕਹਿੰਦੇ ਮਾਇਆ ਤੋਂ ਪਰੇ, ਜਦੋਂ ਗੱਲ ਕਰਦੇ ਹਾਂ ਆਮ ਤੌਰ ਤੇ ਗ੍ਰੰਥਾਂ ਦੀ ਭਾਸ਼ਾ ਮਾਇਆ ਤੋਂ ਪਰੇ, ਇਹ ਤਾਂ ਮਤਲਬ ਜਿਵੇਂ ਇੱਕ ਮੁਰਗੀ ਆ ਉਹਦੇ ਪੇਟ ਦੇ ਵਿੱਚ ਆਂਡਾ, ਆਂਡਾ ਤਾਂ ਮੁਰਗੀ ਦਾ ਹੀ ਹੈ ਤਾਂ ਉਹਦੇ ਪੇਟ ਦੇ ਵਿੱਚ ਮੁਰਗੀ ਤਾਂ ਫਿਰ ਆਲੇ ਦੁਆਲੇ ਬਾਹਰ ਹੈ, ਆਂਡਾ ਤਾਂ ਛੋਟਾ ਜਿਹਾ ਹੀ ਹੈ। ਬਸ ਇਹ ਜਿਹੜਾ ਆਂਡਾ ਹੈ ਨਾ ਬ੍ਰਹਮੰਡ ਜੀ ਨੂੰ ਬ੍ਰਹਮੰਡ ਜੀ ਕਹਿੰਦੇ ਆ, ਬ੍ਰਹਮੰਡ ਵੀ ਕਹਿੰਦੇ ਆ, ਸਾਡੇ ਕੋਲ ਬ੍ਰਹਮੰਡ ਲਫ਼ਜ਼ ਵੀ ਹੈ, ਦੋ ਲਫ਼ਜ਼ ਨੇ ਬ੍ਰਹਮੰਡ, ਜੋ ਬ੍ਰਹਮੰਡ ਹੈ ਸੋਈ ਪਿੰਡੇ, ਜਿਹੜਾ ਸ਼ਰਦਾ ਹੈ ਉਹ ਇੰਨਾ ਹੈ ਜਿੰਨਾ ਆਕਾਸ਼ ਹੈ ਧਰਤੀ ਉੱਤੇ, ਜਿੰਨੀ ਜਿਹੜੀ ਰਚਨਾ ਵਾਲੀ ਜਗ੍ਹਾ ਹੈ ਨਾ ਬ੍ਰਹਮੰਡ ਹੈ, ਜਿੰਨੀ ਜਗ੍ਹਾ ਦੇ ਵਿੱਚ ਰਚਨਾ ਹੈ ਵਿੱਚ ਸਪੇਸ ਘੇਰੀ ਹੋਈ ਹੈ ਉਹ ਭਵ ਸਾਗਰ ਹੈ, ਸੁਖ ਸਾਗਰ ਸਰਵ ਵਿਆਪੀ ਹੈ, ਭਵ ਸਾਗਰ ਸੁਖ ਸਾਗਰ ਬੋਲੇ। ਜਦ ਭਵ ਸਾਗਰ ਤੋਂ ਛੁੱਟ ਕੇ ਜਦ ਬਾਹਰ ਚਲਾ ਜਾਂਦਾ ਉੱਪਰ, ਫਿਰ ਉਹ ਸੁਖ ਸਾਗਰ ਨਾਲ ਜੁੜ ਜਾਂਦਾ। ਅਸਲ ਚ ਮਾਇਆ ਤੋਂ ਪਰੇ ਦੀ ਗੱਲ ਇਹ ਹੈ, ਉਹਦਾ ਧਿਆਨ ਉਹ ਕਰ ਜਾਂਦਾ, ਕਿਵੇਂ ਜਾਂਦਾ, ਉਹ ਐ ਜਾਂਦਾ ਤੁਮ ਕਿਆ ਟਿਕਾ ਮਨ ਪ੍ਰਕਾਸ਼ ਜੈਸੇ ਧਰ ਉਪਰ ਆਕਾਸ਼। ਜਦ ਅੰਦਰ ਭਰਮ ਦਾ ਅੰਸ ਰਹਿੰਦਾ ਹੀ ਨਹੀਂ, ਕਿਤੇ ਹਨੇਰਾ ਰਹਿੰਦਾ ਹੀ ਨਹੀਂ, ਫਿਰ ਬਾਹਰ ਦਾ ਚਾਨਣਾ ਹੈ ਉਹ ਭਵ ਸਾਗਰ ਤੋਂ ਪਰੇ ਚਾਨਣ ਚਾਨਣ ਚ ਮਿਲ ਜਾਂਦਾ, ਇੱਕ ਹੋ ਜਾਂਦਾ, ਫਿਰ ਸਰਵ ਵਿਆਪਕ ਹੋ ਜਾਂਦਾ। ਜੇ ਮਾਇਆ ਤੋਂ ਪਰੇ ਚਲੇ ਜਾਈ ਫਿਰ ਤਾਂ ਚੱਲਣੇ ਚੱਲਣ, ਮਾਇਆ ਦੇ ਵਿੱਚ ਵਿੱਚ ਭਰਮ ਦੇ ਰਹਿ, ਭਰਮ ਦਾ ਹੀ ਦੇ ਰਹਿ। ਗੌੜੀ ਰਾਗ ਦਾ ਮਤਲਬ ਇਹ ਹੈ ਕਿ ਮਾਇਆ ਤੋਂ ਉੱਪਰ ਉੱਠ ਕੇ ਸੱਚਖੰਡ ਨਾਲ ਜੁੜ ਗਿਆ, ਇੱਧਰੋਂ ਫਟ ਕੇ ਉੱਧਰ ਲਾ ਤਾ, ਫਿਰ ਗੌੜੀ ਰਾਗ ਸ਼ੁਰੂ ਹੁੰਦਾ। ਗੌੜੀ ਰਾਗ ਦੇ ਵਿੱਚ ਇੱਕ ਦੀ ਗੱਲ ਗੌੜੀ ਰਾਗ ਦੇ ਵਿੱਚ ਕਲੀਅਰ ਕਰਤੀ ਪੰਜਵੇਂ ਪਾਤਸ਼ਾਹ ਕਬੀਰ ਦੀ ਵੀ, ਪੰਜਵੇਂ ਪਾਤਸ਼ਾਹ ਦੀ ਵੀ ਉਹ ਇੱਕ ਕੀ ਹੈ, ਉਹਦਾ ਬਿਲਕੁਲ ਕਲੀਅਰ ਹੋ ਗਿਆ। ਹਾਂਜੀ, ਗੌੜੀ ਰਾਗ ਸੁਲੱਖਣੀ ਜੇ ਗੌੜੀ ਰਾਗ ਸ਼ੁਰੂ ਹੋ ਜਾ ਚੰਗੇ ਲੱਛਣ ਨੇ, ਆਪਣਾ ਜਿਹੜਾ ਟਾਰਗੇਟ ਹੈ ਅਜੀਬ ਕਰ ਲੂ, ਜੋ ਕੰਮ ਕਰਨਾ ਹੈ ਉਹ ਤਾਂ ਪੂਰਾ ਹੋ ਜਾਊਗਾ। ਠੀਕ ਹੈ ਜੀ, ਚੰਗੇ ਰਸਤੇ ਪੈ ਗਿਆ,
ਕਿੰਨੇ ਕਰਮ ਨੇ ਸਾਡਾ ਵਾਲਾ ਸੁਲਖਰੀ ਹਾਂਜੀ ਜੇ ਖਸਮੈ ਚਿੱਤ ਕਰੇ ਤਾਂ ਸੁਲਖਰੀ ਜੇ ਖਸਮ ਦੇ ਨਾਲ ਚਿੱਤ ਜੁੜੇ ਸੱਚ ਨਾਲ ਜੁੜੇ ਹੁਣ ਖਸਮ ਦਾ ਜੇ ਆਪਾਂ ਅਰਥ ਲਵਾਂਗੇ ਤਾਂ ਗੁਰਬਾਣੀ ਚ ਲਵਾਂਗੇ ਇਹ ਸੱਚ ਸਭ ਨਾਲ ਖਸਮ ਬਸ ਸੱਚ ਨਾਲ ਚਿੱਤ ਜੁੜ ਜਵੇ ਮਾਇਆ ਝੂਠ ਹੈ ਚੇਤਨ ਜਿਹੜਾ ਹੈ ਜਿਹੜਾ ਜਪਦਾ ਮਰਦਾ ਹੈ ਮਰਦਾ ਹੀ ਨਹੀਂ ਭਗਵਾਨ ਇਹ ਵੀ ਨਹੀਂ ਮਰਦਾ ਇਹ ਵੀ ਸੱਚ ਹੈ ਸਤ ਸਰੂਪ ਹੈ ਜੋ ਬੋਲਦਾ ਪੁਰਖ ਅੰਦਰ ਸਰੀਰ ਵਿੱਚ ਉਹ ਸਤ ਸਰੂਪ ਹੈ ਬੋਲੇ ਪਰਤਰੀ ਸਤ ਸਰੂਪ ਪਰਮ ਤਤ ਵੀ ਰੇਖ ਰੂਪ ਉਹਦੀ ਰੇਖ ਰੂਪ ਦੀ ਉਸੇ ਬਾਹਲੇ ਸਰੀਰ ਦੀ ਰੇਖ ਰੂਪ ਹੈ ਮੂਰਤੀ ਜਾਂ ਜੋ ਵੀ ਫੋਟੋ ਬਣੂ ਬਾਹਲੇ ਸਰੀਰ ਦੀ ਗੁਰਗੁੰਦਲੇ ਦੀ ਹੁੰਦੀ ਗੱਡੀ ਬਣੇ ਦੀ ਪਤਲੀ ਜੇ ਉਹਦੇ ਨਾਲ ਜੋੜੇ ਚਿੱਤ ਸੱਚ ਸਰੂਪ ਨਾਲ ਆਤਮ ਧਿਆਨ ਦੀ ਹੋਵੇ ਤੇ ਕਹਿ ਲੋ ਆਤਮ ਧਿਆਨ ਧਾਰਿਆ ਕਈ ਕੋਟ ਆਤਮ ਧਿਆਨ ਧਾਰਿਆ ਆਤਮ ਧਿਆਨ ਦੀ ਹੋ ਜਵੇ ਆਪਣੇ ਆਪ ਨਾਲ ਜੁੜ ਜਵੇ ਆਪਣੇ ਬੋਲ ਨਾਲ ਜੁੜ ਜਵੇ ਫਿਰ ਗੌੜੀ ਰਾਗ ਤਾਂ ਸੁਲਖੜੀ ਹੈ ਜੇ ਕੋਈ ਹੋਰ ਚੀਜ਼ ਗਾਵੇ ਨਾ ਗੌੜੀ ਰਾਗ ਉਹਦੀ ਸੁਲਖੜੀ ਰਾਗ ਤਾਂ ਕੁਝ ਵੀ ਗਾ ਸਕਦੇ ਆਪਾਂ ਗਾਇਨ ਦੇ ਵਿੱਚ ਤਾਂ ਕੁਝ ਵੀ ਗਾ ਸਕਦੇ ਨਾ ਇਸ ਰਾਗ ਦੇ ਪਰ ਜੇ ਸੱਚੀ ਬਾਣੀ ਗਾਵੇ ਜਾਂ ਗੁਰਬਾਣੀ ਗਾਵੇ ਹਾਂਜੀ ਭਾਣੇ ਚੱਲੇ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਸ਼ਿੰਗਾਰ ਤਾਂ ਹੁੰਦਾ ਸ਼ਿੰਗਾਰ ਕੇ ਕੀ ਹੋਊਗਾ ਸ਼ਿੰਗਾਰ ਹੋਊਗਾ ਜਦ ਸਦਲ ਗੁਣ ਦਾ ਹਾਰ ਜਦ ਹਾਰ ਪੈ ਜੂਗਾ ਸਾਰੇ ਗੁਣ ਦਾ ਗਲ ਚ ਉਹ ਕੀ ਹੈ ਇੱਕ ਵਿਚਾਰੇ ਰੱਖ ਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਦੀ ਸਹਿਪੰਦ ਸਾਰੇ ਅੱਠੇ ਗੁਣਾਂ ਦਾ ਹਾਰ ਪੈ ਜੂ ਫਿਰ ਕਾਇਆ ਕਾਦੀ ਹੋ ਜੂ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਹੋ ਜੂ ਫਿਰ ਆ ਮਾਇਆ ਵਾਲਾ ਸਰੀਰ ਗਾਇਬ ਹੋ ਜੂ ਅੰਦਰ ਵਾਲਾ ਸਰੀਰ ਪ੍ਰਗਟ ਹੋ ਜੂ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਪੁਲ ਵਰਨ ਦੇ ਦਰਾਇਆ ਇੱਕ ਵੀਰ ਨੇ ਗੌੜੀ ਰਾਜ ਕੇ ਕਹੀ ਹੋਈ ਹੈ ਗੱਲ ਹਾਂਜੀ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਾਵੇ ਜਿਉ ਉਬਲੀ ਮਜੀਠੇ ਰੰਗ ਗਹਿ ਗਹਾ ਤਿਉ ਸੱਚੇ ਨੂੰ ਜਿਉ ਦੇ ਹੁਣ ਪਧਾਰ ਖਸਮ ਵਾਲੀ ਗੱਲ ਆ ਗਈ ਠੀਕ ਹੈ ਪਧਾਰ ਖਸਮ ਨੂੰ ਕਹਿੰਦੇ ਨੇ ਨਾ ਕਹਿੰਦੇ ਜਿਹਨੂੰ ਅਸੀਂ ਖਸਮ ਕਿਹਾ ਉਹ ਕੀ ਹੈ ਉਹਦਾ ਉਹ ਪਧਾਰ ਕਿਹਾ ਸੱਚਾ ਸ਼ਬਦ ਹੈ ਜਿਹੜਾ ਜਾਂ ਹੁਕਮ ਹੈ ਜਿਹੜਾ ਕਹਿ ਲੋ ਜਿਹੜਾ ਬਿਨਾਂ ਸੱਲਾ ਤੇ ਬਾਣੀ ਸੁਣਦੀ ਹੈ ਧਰਤੀ ਵਾਲੀ ਉਹੀ ਪਧਾਰ ਹੈ ਫਿਰ ਉਹਦੇ ਨਾਲ ਸਦਾ ਹੀ ਰਵਿਆ ਰਹਿੰਦਾ ਜੁੜਿਆ ਰਹਿੰਦਾ ਫਿਰ ਜਿਵੇਂ ਬਲ ਤੋਂ ਪਰੇ ਚਲਾ ਜਾਂਦਾ ਫਿਰ ਸਦ ਜੀਵਨ ਹੋ ਜਾਂਦਾ ਹੈ ਸਦਾ ਹੀ ਜਿੰਦਾ ਰਹਿੰਦਾ ਕਿੱਥੇ ਨੀਂਦ ਨਹੀਂ ਆਉਂਦੀ ਪਹਿਲਾਂ ਸਾਨੂੰ ਨੀਂਦ ਆਉਂਦੀ ਹੈ ਗੁਰਮੁਖ ਜਾਗੇ ਨੀਂਦ ਨਾ ਸੋਵੇ ਸਦਾ ਸਦਾ ਰਹਿੰਦਾ ਹਾਂਜੀ ਇਹ ਕਦੋਂ ਬਿਲਕੁਲ ਬੁੱਧ ਹੋ ਜਾਂਦੀ ਹੈ ਨਾ ਬਿਲਕੁਲ ਬੁੱਧ ਕਹਿ ਲੋ ਬਈ ਗੁਰਮਤ ਦਾ ਸਾਰੀ ਸੋਝੀ ਹੋ ਜਾਂਦੀ ਹੈ ਪੂਰੀ ਸੋਝੀ ਹੋ ਜਾਂਦੀ ਹੈ ਜਿਹਨੂੰ ਕਬੀਰ ਕਹਿੰਦਾ ਪੰਚਮ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕੈ ਮਨ ਪ੍ਰਕਾਸ਼ ਜੈਸੇ ਧਾਰੂ ਪਰ ਆਕਾਸ਼ ਉਹਦੇ ਤੇ ਫਿਰ ਗੁਰਮਤ ਦੇ ਉੱਤੇ ਹੋਰ ਕੋਈ ਗਿਆਨ ਨਹੀਂ ਚੜਦਾ ਅਸਲ ਦੀ ਗੱਲ ਜੇ ਹੋਰ ਬੁੱਤਾਂ ਦੇ ਛੋਟੀ ਦੂਜਾ ਬੁੱਤਾਂ ਵੀ ਤਾਂ ਹੈ ਦੂਜੇ ਬੁੱਤਾਂ ਦਾ ਰੰਗ ਚੜਦਾ ਹੈ ਅਸੀਂ ਡਿਵੈਲਪ ਕਰ ਰਹੇ ਹਾਂ ਆਦਮੀ ਡਿਵੈਲਪ ਕਰ ਰਹੇ ਹਾਂ 3000 ਦੇ ਖੋਜੀ ਕਹਿੰਦੇ ਨੇ ਜਿਹੜੇ ਆਪਣੀ ਯੂਨੀਵਰਸਿਟੀਆਂ ਦੇ ਵਿੱਚ ਦੇ ਡਾਕਟਰ ਨੇ ਕੋਈ 3000 ਮਤਾਂ ਵਰਲਡ ਦੇ ਵਿੱਚ ਹੋ ਚੁੱਕੀ ਹੈ ਦਬ ਤੋੜ ਗਈ ਹੁਣ ਤਾਂ 3000 ਹੈ ਨਹੀਂ ਐਸੀਆਂ ਮਤਾਂ ਬਹੁਤ ਸਾਰੀਆਂ ਜਿਹੜੀਆਂ ਹੋ ਰਹੀਆਂ ਕਿਸੇ ਵੇਲੇ ਸੀ ਆਦਮੀ ਦਾ ਗਿਆਨ ਡਿਵੈਲਪ ਹੋ ਗਿਆ ਇਹ ਕਹਿ ਲਓ ਆਦਮੀ ਬੁੱਧੀਮਾਨ ਹੋ ਰਿਹਾ ਬਿਲਕੁਲ ਜੇ ਕੋਈ ਸਾਈਕਲ ਤੇ ਹੋਵੇ ਉਹਨੂੰ ਕਹਿੰਦੇ ਅੰਗਰੇਜ਼ ਹੈ ਕਿਉਂ ਅੰਗਰੇਜ਼ਾਂ ਨੂੰ ਆਪਣੇ ਤੋਂ ਸਿਆਣੇ ਸੁਪੀਰੀਅਰ ਸਮਝਦੇ ਸੀ ਤਾਂ ਪੜ੍ਹੇ ਲਿਖੇ ਸਿਆਣੇ ਨੇ ਪੜ੍ਹੇ ਲਿਖੇ ਕਿਵੇਂ ਹੁਣ ਆਦਮੀ ਜਿਹੜਾ ਹੈਗਾ ਬੱਚੇ ਦੇ ਗਾਂ ਤੇ ਗਾਂ ਬੁੱਧੀ ਡਿਵੈਲਪ ਹੁੰਦੀ ਜਾਂਦੀ ਹੈ ਜਿਵੇਂ ਗੁਰਮਤਿ ਦਾ ਗਿਆਨ ਬਹੁਤ ਸੁਪੀਰੀਅਰ ਹੈ ਇਹਦੀ ਭੁੱਖ ਬਹੁਤ ਜਾਗੀ ਹੋਈ ਹੈ ਕਿਉਂਕਿ ਆਦਮੀ ਦੇ ਅੰਦਰ ਅਸਲ ਦੇ ਵਿੱਚ ਭੁੱਖ ਗਿਆਨ ਦੀ ਉਹ ਹੈ ਪਰ ਸਾਨੂੰ ਪਤਾ ਨਹੀਂ ਹੈ ਬਰਦਾਰੀ ਹੈ ਤਾਂ ਹੀ ਲੋਕ ਧਰਮ ਵੱਲ ਨੂੰ ਭੱਜਦੇ ਨੇ ਪ੍ਰਭਾਵਿਤ ਨੇ ਧਰਮ ਦੇ ਗਿਆਨ ਉਹਦੇ ਵਿੱਚ ਧਰਮ ਦੇ ਵਿੱਚ
ਸਾਰਿਆਂ ਚ ਗਿਆਨ ਪਰ ਸਭ ਤੋਂ ਸੁਪੀਰੀਅਰ ਗਿਆਨ ਇਹ ਆਤਮ ਗਿਆਨ ਤੋਂ ਗਿਆਨ ਦੇ ਜਿਹੜੇ ਸਾਡੇ ਦੇ ਪੰਜ ਇਹਨਾਂ ਤੋਂ ਪਰੇ ਦੀ ਗੱਲ ਹੈ ਬੁੱਧੀ ਗੁਰ ਬੁੱਧੀ ਤੋਂ ਵੀ ਪਰੇ ਦੀ ਗੱਲ ਹੈ ਇਹ ਠੀਕ ਹੈ ਜੀ ਇਹ ਜੇ ਨੂੰ ਸਮਝ ਆ ਗਿਆ ਉਹਦੇ ਤੇ ਫਿਰ ਥੱਲੇ ਦੇ ਗਿਆਨ ਦੇ ਬਾਕੀ ਤਾਂ ਹੋਰ ਫਿਰ ਅੱਗੇ ਨਹੀਂ ਚੜਦਾ ਵਾਜੀ ਕੋ ਸੱਚ ਦਾ ਰੰਗ ਚੜ ਗਿਆ ਫਿਰ ਉਹ ਜੋ ਸੱਚੇ ਹੀ ਸਤ ਸਰੂਪ ਹੋ ਜਾਂਦਾ ਉਹਦਾ ਆਪਣਾ ਰੂਪ ਰੇਖ ਜਿਹੜਾ ਹੈ ਪਹਿਲਾਂ ਉਹ ਖਤਮ ਹੋ ਜਾਂਦਾ ਆਪਣੀ ਬੁੱਧੀ ਰਹਿੰਦੀ ਹੋਈ ਨਹੀਂ ਹਾਂਜੀ ਹਾਂਜੀ ਰੰਗ ਚਲੂਲੇ ਅਤ ਰਚੀ ਸੱਚੇ ਸਿਉ ਲੱਗਾ ਨਹੀਂ ਊੜ ਠੱਗੀ ਗੁੱਜੀ ਨਾ ਰਹੇ ਊੜ ਮੁਲੰਮਾ ਪਲੇਟ ਤਰੇ ਆ ਦੇਖੋ ਉਹ ਇੱਕ ਪਾਸੇ ਤਾਂ ਸੱਚ ਦੀ ਗੱਲ ਕਰੀ ਹੈ ਰੰਗ ਦੀ ਗੱਲ ਕਰੀ ਹੈ ਉਹ ਤਾਂ ਗੁਰਬਤ ਹੈ ਜੇ ਸੱਚ ਦਾ ਰੰਗ ਚੜ ਜਵੇ ਤਾਂ ਸੱਚ ਆ ਕਹਿੰਦੇ ਨੇ ਆ ਕੇ ਰੰਗ ਡੁੱਲ ਡੁੱਲ ਪੈਂਦਾ ਦੂਰ ਉਹਦੇ ਤੋਂ ਸੱਚ ਜਿਵੇਂ ਵਿਚੜਦਾ ਜਿਹੜਾ ਕੱਪੜਾ ਜਾਂ ਉਹ ਰੰਗ ਵੀ ਉਹਦੇ ਚੋਂ ਰੰਗਦਾਰੇ ਪਾਣੀ ਨਿਕਲ ਐ ਸੱਚ ਉਹਦੇ ਵਿੱਚੋਂ ਮਤਲਬ ਹੈ ਡੁੱਲ ਡੁੱਲ ਪੈਂਦਾ ਜੋ ਬਸ ਭਾਂਡੇ ਦੇ ਵਿੱਚ ਹੋਵੇ ਉਹੀ ਬਾਹਰ ਨਿਕਲਣੀ ਹੈ ਉਹਨਾਂ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਹਿਰਦੇ ਚੋਂ ਗਿਆਨ ਜਿਹੜਾ ਗਿਆਨ ਕਿਸੇ ਕੋਲ ਹੈ ਉਹ ਜਿਹਾ ਹੀ ਉਹ ਕਰੂ ਦੱਸੂਗਾ ਗੁਰਮਤਿ ਦਾ ਗਿਆਨ ਜਿਹੜਾ ਹੈਗਾ ਜਿਹਦੇ ਹਿਰਦੇ ਚ ਇਹਦੇ ਨਾਲ ਮਤਲਬ ਕਰਮ ਤਰ ਹੋ ਗਿਆ ਉਹ ਤੋਂ ਗੁਰਮਤੇ ਡੁੱਲ ਡੁੱਲ ਪੈਂਦੀ ਹੈ ਬਾਹਰ ਨਿਕਲਦੀ ਹੈ ਹੋਰ ਕੋਈ ਤਰੀਕਾ ਦੇਖਿਆ ਜਿੱਥੇ ਗਿਆਨ ਹੈ ਨਾ ਆਤਮ ਗਿਆਨ ਉਹ ਤਾਂ ਸੱਚ ਦਾ ਗਿਆਨ ਹੈ ਜਿੱਥੇ ਸੱਚ ਹੈ ਧਰਮ ਜਿੱਥੇ ਸੱਚ ਦੀ ਕਮੀ ਹੈ ਉੱਥੇ ਨਾਲ ਫਿਰ ਕੂੜ ਹੈ ਝੂਠ ਹੈ ਜਿਵੇਂ ਅਸੀਂ ਕਹਿ ਕੇ ਚੱਲੇ ਵੀ ਪਰਮੇਸ਼ਰ ਦਿਰਾਕਾਰ ਹੈ ਆਤਮਾ ਵੀ ਦਿਰਾਕਾਰ ਹੈ ਇਹ ਤਾਂ ਜਦ ਤੱਕ ਗੁਰਮਤਿ ਤੇ ਸਟੈਂਡ ਕਰਦੀ ਆਖਰ ਤੱਕ ਆਖਰ ਦਰਸ਼ਨ ਤਰਾ ਦਿੰਦੀ ਹੈ ਸਮਝਾ ਦਿੰਦੀ ਹੈ ਦਿਰਾਕਾਰ ਕੀ ਹੁੰਦਾ ਜਿਨ੍ਹਾਂ ਦੇ ਸਮਰੱਥਾ ਹੈ ਨਹੀਂ ਗਿਆਨ ਹੈ ਨਹੀਂ ਉਹ ਫਿਰ ਕਿਤੇ ਨਾ ਕਿਤੇ ਜਾ ਕੇ ਆਦਮੀ ਨਾਲ ਜੋੜ ਦਿੰਦੇ ਸੀ ਗੁਰਤੀ ਨਾਲ ਜੋੜ ਦਿੰਦੇ ਸੀ ਜਾ ਕੇ ਉਹ ਜਿਹੜਾ ਸਟੈਂਡ ਹੈ ਬਦਲ ਲੈਂਦੇ ਸੀ ਉੱਥੇ ਕੂੜਾ ਠੱਗੀ ਗਿਆ ਉਹ ਸਾਰੇ ਮੰਦਰ ਨੇ ਗੋਡ ਇੱਕ ਹੈ ਖੁਦਾ ਇੱਕ ਹੈ ਫਿਰ ਵੀ ਆਪਣੇ ਆਪਣੇ ਖੁਦਾ ਦੇ ਆਪਣੇ ਆਪਣੇ ਗੋਡ ਨੇ ਇੱਕ ਹੀ ਗੱਲ ਹੋਈ ਜੇ ਇੱਕ ਹੈ ਫਿਰ ਆਪਣੇ ਆਪਣੇ ਕਿਵੇਂ ਹੋ ਗਵਰਨਰ ਕਿਤੇ ਕਵੀ ਹੈ ਤੁਕੇ ਕਿਤਨੀ ਸੋਝੀ ਨਹੀਂ ਕਰਾ ਸਕਦੇ ਨਾ ਸੋਝੀ ਆਪਣੀ ਆਪ ਨੂੰ ਹੈ ਇਸ ਕਰਕੇ ਬਾਕੀ ਜੇ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ ਬਲਤ ਪਰ ਪਰ ਤੋ ਤੇਤੀ ਫਿਰ ਇਹ ਹਾਲਤ ਹੈ ਕੋਲ ਹੈਗੀ ਹੈ ਸੰਸਾਰ ਦੇ ਵਿੱਚ ਜਿੰਨੇ ਕਿਸੇ ਕੋਲ ਬੁੱਧ ਹੈ ਗਿਆਨ ਹੈ ਉਹ ਲੋਕ ਦੇ ਦਿੰਦੇ ਉਹ ਜੀ ਬਾਤ ਚੱਲ ਪਈ ਹੈ ਇਹ ਬਸਾਂ ਚੱਲੀ ਹੋਈ ਹੈ ਉਹਦੇ ਬਹੁਤ ਕਲਾਸਾਂ ਦੀ ਇਹ ਜਿਹੜੀ ਨੇ ਆਦਮੀ ਦੀ ਹਰ ਕੋਈ ਇਹ ਟੌਪ ਦੀ ਕਲਾਸ ਦੀ ਬੁੱਧੀ ਵੀ ਨਹੀਂ ਰੱਖਦਾ ਜਿਹੜਾ ਇਹਨੂੰ ਸਮਝ ਲਵੇ ਗੁਰਮਤ ਨੂੰ ਬਿਰਲੇ ਹੱਥੇ ਤਾਹੀ ਫਿਰ ਬਿਰਲੇ ਨਾ ਹੀ ਕਰੇ ਹਾਂਜੀ ਹਾਂਜੀ ਰੰਗ ਚਲੂਲੇ ਅਤ ਰਤੀ ਸੱਚੇ ਸਿਉ ਲੱਗਾ ਨੇ ਜਿਹੜਾ ਸੱਚੇ ਨਾਲ ਪ੍ਰੇਮ ਲੱਗ ਜਵੇ ਨਾ ਅਸਲ ਦੇ ਵਿੱਚ ਰੰਗ ਉਹ ਜੋ ਚੋਗਾ ਫਿਰ ਉਹ ਜੋ ਡੁੱਲ ਡੁੱਲ ਕਰਦਾ ਰੰਗ ਪ੍ਰੇਮ ਰੰਗ ਹੈ ਇਹ ਹਾਂਜੀ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮੁਲੰਮਾ ਪਲੇਟ ਤਰੇ ਜੇ ਉਹ ਆਪਾਂ ਕੂੜ ਜਿਵੇਂ ਬੱਤਾ ਨੇ ਕੂੜ ਦੇ ਖੁੱਟੇ ਨਾਲ ਕੌੜ ਤੋਂ ਸੱਚ ਰਹੀ ਉਹ ਬੱਤਾ ਕਿਉਂ ਦਬ ਤੋੜ ਜਾਂਦੀ ਹੈ ਇਹ ਆਦਮੀ ਦੀ ਅਵਸਥਾ ਜਿਵੇਂ ਕਵੀ ਦੀ ਅਵਸਥਾ ਇੰਨੀ ਉੱਚੀ ਹੋ ਗਈ ਉਹਨੂੰ ਇਹ ਲੱਗਣ ਲੱਗਿਆ ਵੇ ਮਾਲਾ ਵਾਲਾ ਜਿਹੜਾ ਮੈਨੂੰ ਧਰਮ ਜਿਹਨੇ ਦੱਸਿਆ ਸੀ ਬੰਦਿਆਂ ਨੇ ਜਿਹਨਾਂ ਨੂੰ ਮੈਂ ਬਹੁਤ ਰੇਸ ਮੰਨਦਾ ਸੀ ਉਹ ਮੇਰੇ ਨਾਲ ਤਾਂ ਖੱਟੀ ਹੋ ਬਾਲਾ ਜੋ ਮੈਨੂੰ ਜਿਹੜੀ ਗੱਲਾਂ ਕਹੀਆਂ ਸੀ ਉਹ ਤਾਂ ਪ੍ਰਾਪਤੀ ਹੋ ਗਈ ਤਾਂ ਮੈਂ ਕਿਤੇ ਜਾ ਕੇ ਖੜ ਗਿਆ ਰੁਕ ਗਿਆ ਉਹ ਫਿਰ ਉਹਨਾਂ ਨੂੰ ਕਿ ਕਹਿ ਰਿਹਾ ਕਿ ਜਿਹੜੇ ਭੁੱਖੇ ਭਗਤ ਨੂੰ ਕੀ ਕਹਿਣਾ ਇਹ ਬਾਲਾ ਆਪਣੀ ਜਿਹਨਾਂ ਨੂੰ ਮਾਇਆ ਦੀ ਭੁੱਖ ਹੈ ਜਿਹਨਾਂ ਦੇ ਅੰਦਰ ਉਹ ਕੀ ਝੂਠ ਬੋਲਣਗੇ ਕੂੜ ਠੱਗੀ ਜਿਵੇਂ ਲੋਕ ਦਰਸ਼ਨ ਕਰਾਉਣ ਦੇ ਜੋਰ ਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਇੱਥੇ ਵੀ ਆਪਣੇ ਵੀ ਤੁਹਾਨੂੰ ਪਤਾ ਹੀ ਆ ਵੀ ਕੀ ਹੋ ਰਿਹਾ ਮਤ ਕੀ ਕਰਦੇ ਨੇ ਆ ਹੋਰ ਮਤਾਂ ਨੇ ਕੀ ਕਰਦੇ ਨੇ ਇਹ ਕਹਿੰਦੇ ਗੁੱਟੀ ਨਹੀਂ ਰਹਿਦੀ ਇਹ ਤਾਂ ਪਾਣੀ ਖੁੱਲੇ ਜਾਂਦਾ ਕਿਤੇ ਨਾ ਕਿਤੇ ਜਾ ਕੇ
ਝੂਠ ਸਾਬਤ ਹੋ ਜਾਂਦਾ ਕਿਸੇ ਨੂੰ ਕਿਸੇ ਸਟੇਜ ਦੇ ਵਿੱਚ ਜਾ ਕੇ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮੁਲੰਮਾ ਪਲੇਟ ਧਰੇ ਅੱਜ ਦਾ ਕੂੜ ਜਿਵੇਂ ਮੁਲੰਮਾ ਤਾਂ ਫਸਦੀ ਉੱਤੇ ਸੋਨਾ ਥੱਲੇ ਕੁਝ ਹੋਰ ਹੈ ਕਲਾ ਜਾਂ ਕੰਮ ਚਲੋ ਦੂਆਂ ਨੂੰ ਪਤਾ ਲੱਗ ਜੂਗਾ ਜਦੋਂ ਥੱਲੇ ਉਹਦੇ ਕਹੇ ਆਊਗਾ ਹੋਰ ਕੁਝ ਕੂੜ ਮੁਲੰਮਾ ਹੈ ਉਹ ਮੁਲੰਮਾ ਕਹਿੰਦੇ ਨੇ ਸੋਨਾ ਜਾਂ ਚੜ੍ਹਦੇ ਬਿਆਨ ਕਿਸੇ ਦੇ ਉੱਤੇ ਉਹਨੂੰ ਮੁਲੰਮਾ ਕਹਿੰਦੇ ਨੇ ਝਾਲ ਚੜ੍ਹ ਦਿੰਦੇ ਜੇ ਬੱਤਰਾਂ ਨੂੰ ਪਰੇ ਆ ਝਾਲ ਪੱਲੀ ਚੜ੍ਹ ਦਿੰਦੇ ਜਾਂ ਫਿਰ ਲੈ ਜਾਂਦੀ ਹੈ ਉਹ ਮੁਲੰਮਾ ਜਿਹੜਾ ਉਹ ਮੁਲੰਮਾ ਹੀ ਹੈ ਉਹ ਬੱਤਰ ਸੱਚ ਹੈ ਥੋੜਾ ਬਹੁਤ ਜ਼ਰੂਰ ਜਿੱਥੇ ਸਾਰੀਆਂ ਬੱਤਾਂ ਨੂੰ ਤੁਸੀਂ ਵਿਕਾਸ ਨਹੀਂ ਸਕਦੇ ਚਲੋ ਜਿੰਨਾ ਕਿਸੇ ਕੋਲ ਸੱਚ ਹੈ ਜਿੰਨਾ ਗਿਆਨ ਹੈ ਉਹਨਾਂ ਕੋਲ ਦੇਤਾ ਬਾਕੀ ਵੀ ਸਾਡੇ ਮੇਰੇ ਬ੍ਰਹਮ ਅਧੂਰੀ ਦੇ ਲੋਕ ਤਾਂ ਛੱਡ ਜਾਣਗੇ ਕੂੜੀ ਕਰਨ ਵਡਿਆਈਆਂ ਕੂੜੇ ਸਿਉ ਲੱਗਾ ਨਹਿ ਨਾਨਕ ਸੱਚਾ ਆਪ ਹੈ ਆਪੇ ਨਜ਼ਰ ਕਰੇ ਉਹ ਜਿਹੜੀ ਵਡਿਆਈ ਕਰਦੇ ਨੇ ਉਹ ਸੱਚ ਦੀ ਨਹੀਂ ਕਰਦੇ ਮਾਇਆ ਦੀ ਵਡਿਆਈ ਕੌਣ ਬੜਾ ਮਾਇਆ ਵਡਿਆਈ ਜੇ ਵਿਸ਼ਨੂੰ ਭਗਤ ਨੇ ਉਹ ਵਿਸ਼ਨੂੰ ਦੇ ਸਰੀਰ ਦੇ ਉੱਤੇ ਜਿਹੜੇ ਹਾਰ ਹੂਰ ਪਹਿਨੇ ਹੋਏ ਨੇ ਬੁਕਟ ਪਹਿਨੇ ਉਹਦੀ ਗੱਲ ਕਰਦੇ ਨੇ ਇਹ ਤਤ ਗਿਆਨ ਨਹੀਂ ਹੈ ਇਹਦੇ ਵਿੱਚ ਉਹ ਬਸ ਇਹੋ ਜਿਹੇ ਗੁਣ ਗਾਇਨ ਕਰਦੇ ਨੇ ਬੰਦਿਆਂ ਦੇ ਰਾਜਿਆਂ ਦੇ ਇਹ ਸੰਤਾਂ ਦੇ ਇਹ ਆਪਣੇ ਜਿਵੇਂ ਅਸੀਂ ਗੁਰੂ ਨਾਨਕ ਦਾ ਹੀ ਗੁਣ ਗਾਇਨ ਕਰਨ ਲੱਗ ਜਾਂਦੇ ਆ ਪਰ ਨਾਨਕ ਨੇ ਕੀ ਕਿਹਾ ਅਸੀਂ ਕੀ ਕਰਦੇ ਹਾਂ ਇਹ ਜਿਹੜਾ ਰਸਤਾ ਹੈ ਇਹ ਸਾਨੂੰ ਫਿਰ ਮਾਇਆ ਵੱਲ ਨੂੰ ਲੈ ਜਾਂਦਾ ਗੁਰਮਤਿ ਤੋਂ ਵਰਜਦੀ ਹੈ ਵੀ ਇਹ ਨਹੀਂ ਕੰਮ ਕਰਦਾ ਕਰਤੇ ਵੀ ਕਰਦੀ ਹੈ ਕਿਰਤ ਵੀ ਨਹੀਂ ਕਰਦੀ ਹਾਂ ਜਿਹੜੇ ਕੂੜ ਵਾਲੇ ਨੇ ਉਹ ਫਿਰ ਕੂੜ ਦੀ ਕਰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਕੂੜ ਵਾਲਾ ਮਾਇਆ ਦੀ ਭੁੱਖ ਹੈ ਉਹਦੇ ਅੰਦਰ ਸੱਚ ਦਾ ਗਿਆਨ ਹੈ ਨਹੀਂ ਜਾਂ ਕਬੀਰ ਉਹਨਾਂ ਦੇ ਵਿੱਚ ਉਹ ਆਪਣੀ ਕਬੀਰ ਨੂੰ ਲੁਕਾਉਂਦੇ ਨੇ ਲੁਕੋ ਕੇ ਝੂਠ ਬੋਲਣਾ ਪੈਂਦਾ ਆਹ ਕੁਛ ਬੁੱਤਾਂ ਦੇ ਵਿੱਚ ਹੈ ਜੀ ਉਹਦੇ ਵਿੱਚ ਯਾਨੀ ਗੁੱਜੀ ਗੱਲ ਕਹਿ ਰਹੇ ਨੇ ਗੁੱਜਾ ਜਿਹਾ ਇਸ਼ਾਰਾ ਕਰ ਰਹੇ ਨੇ ਐਵੇਂ ਨਹੀਂ ਕਹਿ ਰਹੇ ਵੀ ਦੂਜੀਆਂ ਬੁੱਤਾਂ ਖੋਟੀਆਂ ਨੇ ਝੂਠ ਹੈ ਫਲਾਨ ਬਹੁਤ ਗੱਲ ਕਹਿਤੀ ਬਹੁਤ ਗੁੱਜੀ ਕਹਿਤੀ ਰੱਬ ਜੀ ਹੈ ਠੀਕ ਹੈ ਇਸ਼ਾਰਾ ਗੱਲ ਗੁੱਜਣ ਵਾਲੀ ਹੈ ਨਾਨਕ ਸੱਚਾ ਆਪ ਹੈ ਆਪੇ ਨਜ਼ਰ ਕਰੇ ਆਹ ਉਹ ਕਹਿੰਦੇ ਵੀ ਸੱਚਾ ਤਾਂ ਇਹ ਆਪ ਹੈ ਪਰਮੇਸ਼ਰ ਆਪ ਸੱਚਾ ਹੈ ਉਹ ਕਿਰਪਾ ਕਰੇ ਤਾਂ ਗੱਲ ਬਣਦੀ ਹੈ ਠੀਕ ਹੈ ਇਸ ਕਰਕੇ ਜਿਹੜੀ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਹੈ ਉਹਦੇ ਨਾਲ ਹੀ ਅਸੀਂ ਜੁੜਨਾ ਸਰੀਰ ਜਿਹੜੀ ਮਾਇਆ ਹੈਗੀ ਹੈ ਤਾਂ ਪਰਮੇਸ਼ਰ ਦੀ ਬਣਾਈ ਹੋਈ ਹੈ ਹੁਕਮ ਦੀ ਘੜੀ ਹੋਈ ਹੈ ਧਾਰਤ ਹੈ ਆਤਮਾ ਵੀ ਪੈਦਾ ਕੀਤੀ ਜਾ ਸਕਦੀ ਆਤਮਾ ਪੈਦਾ ਨਹੀਂ ਹੋਈ ਹੋਈ ਕਦੇ ਇਹ ਸਦਾ ਰਹਿੰਦੀ ਹੈ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਜਿਹੜੀ ਸਤ ਸੰਗਤ ਹੈ ਸੱਚ ਨਾਲ ਜੋੜਨ ਵਾਲੀ ਸੰਗਤ ਹੈ ਸੱਚ ਦੀ ਗੱਲ ਕਰਦੇ ਨੇ ਜਿਹੜੀ ਗੁਰਮਤਿ ਸੱਚ ਦੀ ਗੱਲ ਕਰ ਰਹੀ ਹੈ ਸਤ ਸੰਗਤ ਦੇ ਵਿੱਚ ਉਸਤਤੀ ਕਿਹਦੀ ਹੈ ਹਰ ਕੀ ਉਸਤਤ ਹੈ ਇਹਦੇ ਵਿੱਚ ਹਾਂਜੀ ਸੰਗੀ ਸਾਧੂ ਮਿਲੇ ਪਿਆਰਿਆ ਸੰਗੀ ਜਿਹੜੇ ਇਹਦੇ ਨਾਲ ਜੁੜ ਜਾਂਦੇ ਨੇ ਸੱਚ ਨਾਲ ਉਹ ਸਾਧੂ ਨੇ ਉਹ ਸਾਧੂ ਨੇ ਆਪਸ ਵਿੱਚ ਵੀ ਸਾਰੇ ਜੁੜ ਜਾਂਦੇ ਨੇ ਹੋ ਜਾਂਦੇ ਨੇ ਗੁਰਸਿੱਖਾਂ ਦੇ ਵਿੱਚ ਪ੍ਰੇਮ ਕਿਉਂ ਸੀ ਪਹਿਲਾਂ ਕਿ ਸਾਰੇ ਇੱਕ ਤੋਂ ਜੁੜੇ ਹੋਏ ਤੇ ਸੱਚ ਨਾਲ ਜੁੜੇ ਹੋਏ ਤੇ ਜਦੋਂ ਸਵਾਰਥੀ ਹੋ ਗਏ ਤਾਂ ਉੱਥੇ ਤੇੜ ਪੈਦਾ ਹੋ ਗਈ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰਉਪਕਾਰੀਆ ਜਿਹੜੇ ਪੁਰਖ ਦੇ ਆਪ ਜਿਹਨਾਂ ਨੇ ਜਨਮ ਲਿਆ ਹੋਇਆ ਉਹ ਵੀ ਧਨ ਦੇ ਧਾਰੀ ਦੇ ਜਿਹੜੇ ਸੱਚ ਦਾ ਉਪਦੇਸ਼ ਕਰਦੇ ਨੇ ਸੱਚ ਦਾ ਉਪਦੇਸ਼ ਕਰਨਾ ਬੜਾ ਔਖਾ ਇਸ ਸਵਾਰਥੋਂ ਕੇ ਕਰਨਾ ਪੈਂਦਾ ਫਿਰ ਸੱਚ ਦੇ ਉਪਦੇਸ਼ ਕਰਨ ਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਹਰ ਜਗ੍ਹਾ ਤੁਸੀਂ ਸੱਚ ਦੀ ਗੱਲ ਨਹੀਂ ਕਰ ਸਕਦੇ ਗੁਰਦੁਆਰੇ ਵਿੱਚ ਤਾਂ ਕਰਨੇ ਦੀ ਦਿੰਦੇ ਪਹਿਲਾਂ ਤਾਂ ਉਹ ਜਿਹੜੇ ਪ੍ਰਬੰਧਕ ਨੇ ਜੇ ਉਹ ਗੱਲ ਕਰੀਏ ਉਹ ਕਹਿੰਦੇ ਨੇ ਸਾਡੇ ਵੱਲ ਉਂਗਲੀ ਉੱਠਦੀ ਹੈ ਅੰਤਾਰ ਦੀ ਤੇ ਖਿਲਾਫ ਹੈ ਬਾਣੀ
ਉੱਥੇ ਮਾਇਆ ਵਡਿਆਈ ਹੈ, ਕੌਣ ਬੜਾ ਮਾਇਆ ਵਡਿਆਈ ਜੇ ਹੁਣ ਇਹਦੀ ਵਿਆਖਿਆ ਕਰੀਏ। ਸੋ ਵੱਡਾ ਜਿਹੜਾ ਹਾਲ ਲੈਵਲ ਵਾਲੀ ਗੁਰਮਤ ਇਹ ਕਹਿੰਦੀ ਹੈ ਜੇ ਹੁਣ ਉਹ ਕਹਿੰਦੇ ਨੇ ਜੀ ਸਾਨੂੰ ਛੋਟਾ ਕਰਕੇ ਦਿਖਾਉਂਦੇ ਹੋ ਤੁਸੀਂ, ਉਹ ਕਹਿੰਦੇ ਨੇ ਇਹ ਜਾਂ ਤੁਸੀਂ ਗੱਲ ਕਰੋ ਹੋਰ ਹੋਰ ਕਰ ਲਿਆ ਕਰੋ ਗੱਲ। ਇਹ ਉਹ ਪ੍ਰਚਾਰਕ ਕਹਿੰਦੇ ਨੇ, ਉਹ ਗਿਆਨ ਗ੍ਰੰਥੀ ਕਹਿੰਦੇ ਨੇ ਜਿਹੜੇ ਸਾਨੂੰ ਮਿਲਦੇ ਨੇ ਫਿਰ ਗੱਲ ਸੁਣਦੇ ਨੇ, ਉਹ ਕਹਿੰਦੇ ਨੇ ਗੱਲ ਤਾਂ ਅਸੀਂ ਉੱਥੇ ਨਹੀਂ ਕਰ ਸਕਦੇ, ਪ੍ਰੋਬਲਮ ਹੁੰਦੀ ਹੈ, ਪ੍ਰਬੰਧਕ ਇਹ ਨਹੀਂ ਚਾਹੁੰਦੇ ਗੱਲ ਕਰੀਏ। ਉਹ ਵਿਚਾਰੇ ਹੁਣ ਬਾਲ ਬੱਚੇ ਪਾਸ ਨੇ ਤੇ ਉਹਨਾਂ ਦੇ ਆਪ ਜਾਣਦੇ ਚਾਹੇ ਉੱਧਰ ਉਹਦੀ ਮਜਬੂਰੀ ਹੈ ਨਹੀਂ ਕਰਦੇ ਗੱਲ ਉਹ, ਪਰ ਜਿਹੜੇ ਕਰਦੇ ਨੇ ਜਿਹਨਾਂ ਨੇ ਕੀਤੀ ਹੈ ਉਹਨਾਂ ਦਾ ਵਿਰੋਧ ਹੋਇਆ, ਉਹਨਾਂ ਨੂੰ ਕੀ ਕੀ ਮੁਸੀਬਤਾਂ ਝੱਲਣੀਆਂ ਪਈਆਂ ਨੇ, ਉਹ ਆਪਣੇ ਕੋਲ ਇਤਿਹਾਸ ਪਿਆ, ਕਬੀਰ ਦਾ ਵੀ ਪਿਆ, ਹਾਥੀ ਦੇ ਮੂੰਹ ਤੇ ਸਿੱਟਿਆ ਗਿਆ, ਨਾਮਦੇਵ ਦਾ ਵੀ ਪਿਆ, ਧਰੂਪ ਪ੍ਰਹਲਾਦ ਦਾ ਵੀ, ਉਹ ਹਿਸਟਰੀ ਸਾਰੀ ਉਹ ਇਹਨਾਂ ਦੀ ਗੁਰਮੁਖਾਂ ਦੀ ਹਿਸਟਰੀ ਹੈ। ਸੱਚ ਦੇ ਉੱਤੇ ਜਿਹੜਾ ਫਰਜ਼ ਪੱਕੇ ਪੈਰੀ ਹੋ ਕੇ ਉਹ ਤਾਂ ਉਹਨਾਂ ਨੇ ਕਿਹਾ ਪਹਿਲਾਂ ਬਾਣ ਸਕੂਲ ਸੁਭਾਣੇ ਕਬੂਲ ਲੈ ਜੇ ਸੱਚੇ ਵਾਲੇ ਪਾਸੇ ਜਾਣ, ਜੀਵਨ ਕੀ ਛੱਡ ਸਾਰੇ ਜੀਵਨ ਦੀ ਆਸ ਛੱਡ ਦੇ, ਇੰਨਾ ਮੁਸ਼ਕਲ। ਹਾਂਜੀ, ਹਰ ਨਾਮ ਦਿੜਾਵੇ, ਹਰ ਨਾਮ ਸੁਣਾਵੇ, ਹਰ ਨਾਮੇ ਜਗ ਨਿਸਤਾਰੇ। ਕਿ ਹਰ ਤਾਂ ਨਹੀਂ, ਹਰ ਕੀ ਹੈ ਇਹਦਾ ਗਿਆਨ ਦੀ ਸੋਝੀ ਹੈ, ਹਰ ਨਾਮ ਕਹਿੰਦੇ ਹਰ ਕੀ ਹੈ ਇਹਦੀ ਸੋਝੀ ਕਰਾਉਣਾ, ਉਹ ਜਿਹੜਾ ਕਰਾਉਂਦੇ ਨੇ ਹਰ ਕੀ ਹੈ, ਹਰ ਬਿਨਾਂ ਕਾਰ ਹੈ ਤੁਹਾਨੂੰ ਨਹੀਂ ਹੈਗਾ, ਹਰ ਤਾਂ ਤੇਰੇ ਅੰਦਰ ਅਸਲ ਤੇਰਾ ਮੂਲ ਹੈ, ਹਰ ਹਰ ਜੀਓ ਗੋਪਾਲ ਦੇ ਰਾਸਤੇ ਬਾਜਾ ਪਵਨ ਬੁਝਾਇਆ। ਇਹ ਨਿਰਾਕਾਰ ਤੂੰ ਆਪ ਹੀ ਹੈ ਭਾਈ, ਆਤਮ ਦਰਸ਼ਨ ਕਰ ਲੈ, ਅਸਲ ਵਿੱਚ ਬਾਹਰਲਾ ਸਰੀਰ ਤਾਂ ਉਹ ਸਰੀਰ ਦਾ ਕੱਪੜਾ ਹੈ, ਉਹ ਕੱਪੜਾ ਬਾਹਰਲਾ ਨਜ਼ਰ ਆਉਂਦਾ ਉੱਥੇ ਆਉਂਦਾ, ਉਹ ਖੋਜਣਾ ਪਊਗਾ ਤਨ ਦੇ ਵਿੱਚੋਂ। ਜਿਹੜੇ ਇਹਦੇ ਨਾਲ ਕਰਾਉਂਦੇ ਨੇ ਗਿਆਨ ਆਉਂਦੇ ਵੀ ਇਹੀ ਨੇ, ਹਰ ਨਾਮ ਦਿਲ ਕਰਾਉਂਦੇ ਨੇ, ਬੋਲਣ ਤੇ ਕਰਾਉਂਗੇ ਤਾਂ ਹੀ ਦਿਲ ਹੋਊਗਾ, ਹਰ ਨਾਮ ਜਗ ਨਿਸਤਾਰੇ। ਹਾਂ, ਇਹਦੇ ਨਾਲ ਜਗ ਜਿਹੜਾ ਵੀ ਇੱਥੋਂ ਤਰਿਆ ਹੈ ਸੰਸਾਰ ਚੋਂ, ਇਸ ਗਿਆਨ ਤੇ ਬਿਨਾਂ ਤਰਿਆ ਹੀ ਨਹੀਂ ਹੈ, ਇਹਦੇ ਚ ਰੋਸ਼ਨੀ ਇੰਨੀ ਹੈ ਜਿਹੜਾ ਭਰਮ ਦਾ ਨਾਸ਼ ਕਰਦਾ ਹੈ, ਪੂਰੇ ਭਰਮ ਦਾ ਨਾਸ਼ ਇਹੀ ਕਰ ਸਕਦਾ ਹੈ। ਮੇਰਾ ਸਭੇ ਦੁੱਖ ਗਵਾਏ ਜੀਉ, ਟੋਟਲ ਨਾ ਟੋਟਲ ਦੁੱਖ ਚੱਕਿਆ ਜਾਂਦਾ ਇਹਨਾਂ ਨੂੰ, ਨਹੀਂ ਦੁੱਖ ਘਟਦੇ ਜ਼ਰੂਰ ਨੇ ਦੂਜੇ ਧਰਮਾਂ ਨਾਲ ਵੀ, ਬਿਮਾਰੀ ਘਟਦੀ ਜ਼ਰੂਰ ਆ ਪਰ ਪੂਰੇ ਦੀ ਪੂਰੀ ਜਿਹੜੀ ਹੈ ਜਦੋਂ ਦੀ ਜਾਂਦੀ। ਹਾਂਜੀ, ਗੁਰ ਵੇਖਣ ਕੋ ਸਭ ਕੋਈ ਲੋਚੈ, ਨਵ ਖੰਡ ਜਗਤ ਨਮਸਕਾਰ। ਗੁਰ ਵੇਖਣ ਕੋ ਸਾਰੇ ਲੋਚਦੇ ਨੇ ਅੰਦਰ, ਆਪਣਾ ਜਿਹੜਾ ਗੁਰ ਹੈ ਉਹਨੂੰ ਦੇਖ ਲਾ, ਗੱਲਾਂ ਤਾਂ ਸਾਰੇ ਕਰਦੇ ਨੇ ਲੋਚਦੇ ਨੇ, ਗੁਰ ਵੇਖਣ ਕੋ ਸਭ ਲੋਚਦੇ। ਨਵਾਂ ਖੰਡਾਂ ਦੇ ਵਿੱਚ ਜਿਹੜਾ ਸੰਸਾਰ ਹੈ ਸਾਰੇ ਧਰਮ ਦੇ ਗੱਲ ਤਾਂ ਉਹੀ ਲੈ ਕੇ ਚੱਲਦੇ ਨੇ, ਗੋਡ ਇੱਕ ਹੈ, ਰੱਬ ਇੱਕ ਹੈ, ਉਸੇ ਦੇ ਦਰਸ਼ਨ ਦੀ ਗੱਲ ਹੈ, ਪਰ ਵਿਚਾਰੇ ਨੂੰ ਕੀ ਗੱਲ ਕਿੱਥੋਂ, ਕਦੇ ਕਦੇ ਸੋਚੀ ਵਾਲੇ ਕੋਈ ਪੈਦਾ ਹੁੰਦੇ ਨੇ, ਉਹ ਫਿਰ ਦੱਸਦੇ ਨੇ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ, ਫਿਰ ਉਹ ਜਿੱਥੇ ਸਮਝ ਲੈਂਦੇ ਨੇ ਗੱਲ ਉਹ ਗਾਂ ਨਿਕਲ ਜਾਂਦੇ ਨੇ, ਉਹਨਾਂ ਦੇ ਬਾਅਦ ਪੂਰੀ ਸਮਝ ਵਾਲਾ ਕੋਈ ਰਹਿੰਦਾ ਨੀ, ਫਿਰ ਭੱਬੜ ਭੁੱਖੇ ਚ ਪਿਆ ਰਹਿੰਦਾ ਗੱਲ, ਫਿਰ ਕੋਈ ਨਾ ਕੋਈ ਕਿਸੇ ਤੇ ਕਿਰਪਾ ਹੋ ਜਾਂਦੀ ਹੈ, ਜਿਵੇਂ ਡਿਵੈਲਪ ਹੁੰਦਾ ਰਹਿੰਦਾ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਜਿਹੜਾ ਪਰਮੇਸ਼ਰ ਹੈ ਉਹਨੇ ਆਪਣਾ ਆਪ ਸਤਿਗੁਰ ਦੇ ਵਿੱਚ ਰੱਖਿਆ ਹੋਇਆ, ਇਹਦੀ ਸ਼ਬਦ ਜਿਹੜਾ ਉਹਦਾ ਹੁਕਮ ਉਹਦੇ ਵਿੱਚ ਬੋਲਦਾ, ਉਹ ਬੁਲਾ ਰਿਹਾ ਗੁਰੂ ਨੂੰ ਬੋਲ ਰਿਹਾ, ਆਪਣਾ ਆਪਾ ਪਰਮੇਸ਼ਰ ਦੇ ਉਹਦੇ ਵਿੱਚ ਰੱਖਿਆ ਹੋਇਆ, ਆਪ ਨਹੀਂ ਦੀਦਾ, ਆਪ ਨਹੀਂ ਦੀਦਾ, ਬੋਲਣ ਵਾਲਾ ਦੀਦਾ ਲੋਕਾਂ ਨੂੰ, ਲੋਕ ਉਸੇ ਨੂੰ ਕਹੀ ਜਾਂਦੇ ਨੇ ਗੁਰੂ ਹੈ, ਉਹ ਕਹਿੰਦਾ ਮੈਂ ਨੀ ਭਾਈ ਗੁਰੂ, ਗੁਰੂ ਤਾਂ ਬੁਲਾਉਣ ਵਾਲਾ ਮੈਨੂੰ, ਮੈਂ ਤਾਂ ਦਾਸ ਹਾਂ। ਪਰ ਹੁਣ ਸਾਨੂੰ ਜਿਹੜਾ ਦੀਦਾ ਅਸੀਂ ਕਹਿੰਦੇ ਚੱਲ ਯਾਰ ਛੱਡੋ ਪਰੇ, ਹੁਣ ਸਾਨੂੰ ਤਾਂ ਸਾਡੇ ਖਾਤਰ ਤਾਂ ਤੁਸੀਂ ਗੁਰੂ ਹੋ, ਤਾਂ ਦੀਦਾ ਜੀ ਉਹਦੇ ਵਿੱਚ ਗੁਰਮੁਖ ਜਿਹੜਾ ਹੈ ਉਹਦੇ ਵਿੱਚ ਉਹ ਪ੍ਰਗਟ ਸੰਤਾ ਵਿੱਚ ਆਪੇ ਪ੍ਰਗਟ ਹੁੰਦਾ, ਗੁਰ ਆਪੇ ਤੁਧ ਸਵਾਰਿਆ।
ਜਿਹੜਾ ਗੁਰ ਹੈ ਗਿਆਨ ਦੇ ਉਹ ਦੇਖੋ ਇੱਥੇ ਗੁਰ ਨਾਲ ਆਇਆ ਗੁਰੂ ਨਹੀਂ ਆਇਆ ਹੋਇਆ ਲਫ਼ਜ਼ ਜਿਹੜਾ ਗਿਆਨ ਕਰਾ ਰਿਹਾ ਗੁਰ ਹੈ ਗੁਰਦੇਵ ਹੈ ਉਹਨੂੰ ਸਵਾਰਿਆ ਤਾਂ ਆਪ ਸ਼ਬਦ ਗੁਰੂ ਨੂੰ ਨਹੀਂ ਸਵਾਰਿਆ ਉਹਨੂੰ ਉਹਦੀ ਘਾੜਤ ਉਹਦੀ ਘੜੀ ਹੈ ਪਰਮੇਸ਼ਰ ਦੀ ਘਾੜਤ ਘੜੀ ਹੈ ਉਹੀ ਇੱਥੇ ਪੌੜੀਆਂ ਚੜਾ ਕੇ ਦੀਆਂ ਲੈ ਹੁਕਮ ਨਾਲ ਸਾਰੀ ਪੌੜੀਆਂ ਚੜੇ ਨੇ ਹੁਕਮ ਨਾਲ ਜੁੜਿਆ ਹੋਇਆ ਹੁਕਮ ਦੇ ਆਖਰੀ ਪੌੜੀ ਵੀ ਚੜਾਤੀ ਸਾਰੇ ਹੁਕਮ ਦੇ ਵਿੱਚ ਹੀ ਨੇ ਆਦਮੀ ਵੀ ਜੋ ਚਾਹਦੇ ਸੀ ਹੁਕਮ ਤੋਂ ਬਾਹਰ ਜਾਣ ਦੀ ਇੱਛਾ ਕਰਦੇ ਆ ਯਾ ਇਹ ਬਾਕੀ ਜੀਵਾਂ ਨੂੰ ਜ਼ਿਆਦਾ ਸਿਆਣਾ ਹੋ ਜਾਂਦਾ ਠੀਕ ਹੈ ਜੀ ਤੂੰ ਆਪੇ ਪੂਜੈ ਪੂਜ ਕਰਾਵੈ ਸਤਿਗੁਰ ਕੋ ਸਿਰਜਣ ਹਾਰਿਆ ਸਿਰਜਣ ਹਾਰਾ ਜਿਹੜਾ ਹੈਗਾ ਉਹ ਸਾਰਿਆਂ ਤੇ ਪੂਜਾ ਕਰਵਾ ਰਿਹਾ ਜਦੀ ਪੂਜਾ ਹੁੰਦਾ ਤਾਂ ਗੁਰ ਤਾਂ ਸਭ ਸੂਰਪ ਗੁਰ ਕੋ ਹੁਕਮ ਗੁਰਦੇ ਪਾਈਆ ਤਾਂ ਗੁਰ ਅਰਪੂ ਪੂਜ ਚੜਾਉ ਤੂੰ ਆਪੇ ਐਸੀ ਸਿੱਖਿਆ ਦਿੰਦੇ ਐਸੀ ਬੁੱਧ ਫਿਰ ਰਾਂ ਕੇ ਉਹ ਤਾਲਬੰਦ ਤਾਂ ਜਿਹੜਾ ਹੈ ਗੁਰ ਵੇਚੇ ਸਤਿਗੁਰ ਦੇ ਪਾਸ ਠੀਕ ਹੈ ਪਰਮੇਸ਼ਰ ਉਹਨੂੰ ਇਹ ਗਿਆਨ ਦੇ ਰਿਹਾ ਹੈ ਜੀ ਹਾਂ ਪਰਮੇਸ਼ਰ ਐਸਾ ਗਿਆਨ ਦਿੰਦਾ ਹੈ ਐਸੇ ਉਹਦੇ ਥਰੂ ਗੋਲ ਕੱਢਦਾ ਹੈ ਉਹ ਤੋਂ ਉਹ ਗੱਲਾਂ ਬੁਲਵਾਉਂਦਾ ਹੈ ਕਿ ਲੋਕ ਆਪਣੇ ਆਪ ਤਿਆਰ ਹੋ ਜਾਂਦੇ ਐਸਾ ਪ੍ਰਭਾਵ ਪੈਂਦਾ ਹੈ ਉਹਨਾਂ ਬੋਲਾਂ ਦਾ ਉਹ ਬਿਲਕੁਲ ਪਲਟ ਜਾਂਦੀ ਉਹ ਬੋਲਾ ਕੇ ਸ਼ਕਤੀ ਹੈ ਹਾਂਜੀ ਹਾਂਜੀ ਤੂੰ ਆਪੇ ਪੂਜੇ ਪੂਜ ਕਰਾਵੇਂ ਸਤਿਗੁਰ ਕੋ ਸਿਰਜਣ ਹਾਰਿਆ ਇੱਥੇ ਸਿਰਜਣ ਹਾਰਾ ਕੌਣ ਹੈ ਜੀ ਸਿਰਜਣ ਹਾਰਾ ਪਰਮੇਸ਼ਰ ਹੈ ਅੱਛਾ ਜੀ ਸਤਿਗੁਰ ਨੇ ਘੜਤ ਘੜੀ ਹੈ ਜਿਹੜਾ ਘੜਤ ਘੜਦਾ ਸਿਰਜਦਾ ਹੈ ਸ਼ਬਦ ਨੇ ਸਿਰਜਿਆ ਸਭ ਕੁਝ ਠੀਕ ਹੈ ਜੇ ਕੋਈ ਸਿਰਜਣ ਹਾਰਾ ਲੱਭਦਾ ਹੈ ਅਸੀਂ ਦੋ ਜਗ੍ਹਾ ਸਿਰਜਣਾ ਹੈ ਜੇ ਦੁਨੀਆ ਮਾਇਆ ਦੇ ਅੰਦਰ ਪਹਿਲਾਂ ਦੇਖਾਂਗੇ ਨਾ ਸਿਰਜਣਾ ਦਾ ਫਿਰ ਸਾਡਾ ਮੂਲ ਹੈ ਸਿਰਜਣਾ ਦਾ ਉਹ ਮਨੋ ਚੋਂ ਪੈਦਾ ਹੋਇਆ ਹੋਇਆ ਪਹਿਲੀ ਸਟੇਜ ਦੇ ਵਿੱਚ ਜਿਹੜਾ ਸਾਡਾ ਮੂਲ ਹੈ ਉਹ ਸਿਰਜਣਾ ਦਾ ਹੀ ਹੈ ਮਨ ਰਚਿਆ ਨਾ ਮਾਇਆ ਦੇ ਵਿੱਚ ਸਰੀਰ ਤੇ ਰਚਿਆ ਨਹੀਂ ਹੋਇਆ ਮਨ ਰਚਣਾ ਦਾ ਸਿਰਜਣਾ ਦਾ ਅਲੱਗ ਅਲੱਗ ਲੱਗਦੇ ਹਾਂਜੀ ਅਗਲਾ ਅਗਲਾ ਅਰਥ ਜੀ ਨਾ ਦੇ ਸਿਰਜਣਹਾਰਾ ਉਥੇ ਕਿਹਤਾ ਹੈ ਰਚਣਹਾਰਾ ਬਣ ਜਦੋਂ ਇੱਕ ਮਾਨੇ ਤੇ ਜਿੱਤ ਹੋ ਜਾਂਦਾ ਫਿਰ ਸਿਰਜਣਹਾਰਾ ਪਰਮੇਸ਼ਰ ਕਰਦਾ ਫਿਰ ਅਗਲੀ ਸਟੇਜ ਆਉਂਦੀ ਠੀਕ ਕਿਉਂ ਤੇ ਕੋਈ ਤਾਂ ਉੱਗਦਾ ਜਦ ਇੱਥੇ ਹੋ ਜਾਂਦਾ ਫਿਰ ਉੱਗਦਾ ਕਿਹਦੇ ਨਾਲ ਉੱਗਦਾ ਸ਼ਬਦ ਨਾਲ ਫਿਰ ਸਿੱਧਾ ਸਿੱਧੀ ਬਾਣੀ ਧੁਰਕੀ ਬਾਣੀ ਤੇ ਫਿਰ ਸੰਤ ਲਾਉਂਦ ਲੈ ਕਾ ਜੀਵ ਨਾਮ ਸਿਰਜਣਹਾਰ ਫਿਰ ਹੁਕਮ ਸਿਰਜਣਹਾਰ ਹੋ ਜਾਂਦਾ ਹਾਂਜੀ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਇਸ ਕਾਲਾ ਮੂੰਹ ਜਮ ਮਾਰਿਆ ਆ ਦੇਖੋ ਉਹ ਉਜਲ ਮੂੰਹ ਅਰ ਕਾਲਾ ਮੂੰਹ ਜਦ ਕਿ ਮੁਖ ਉਜਲੇ ਆ ਗਏ ਨਾ ਇੱਥੇ ਕਾਲਾ ਮੂੰਹ ਜਿਹੜਾ ਕੋਈ ਬੇਮੁਖ ਹੋ ਜਾਂਦਾ ਨਾ ਸਤਿਗੁਰੂ ਕੋਲੋਂ ਵਿਛੜ ਜਾਂਦਾ ਮਾਇਆ ਨਾਲ ਜੁੜ ਜਾਂਦਾ ਉਹਦਾ ਮੂੰਹ ਕਾਲਾ ਹੋ ਜਾਂਦਾ ਉਹਦੇ ਅੰਦਰ ਫੇਰ ਹੋ ਜਾਏ ਭਰਮ ਪੈਦਾ ਹੋ ਜਾਂਦਾ ਅਗਿਆਨਤਾ ਛਾ ਜਾਂਦੀ ਹੈ ਜਦ ਹੀ ਉਹਦੇ ਅੰਦਰ ਸੱਚ ਤੋਂ ਟੁੱਟਿਆ ਅਗਿਆਨਤਾ ਛਾ ਗਈ ਜੀਵਾ ਬੁਝ ਗਿਆ ਤੇਰਾ ਹੋ ਗਿਆ ਹਾਂਜੀ ਪਰ ਜਿੰਨਾ ਚਿਰ ਦੀਵਾ ਚੱਲਦਾ ਚੱਲਣਾ ਬੁਝਿਆ ਤੇਰਾ ਤਿਸ ਅੱਗੇ ਪਿੱਛੇ ਨਹੀਂ ਗੁਰਸਿੱਖੀ ਮਨ ਵਿਚਾਰੇ ਬਸ ਉਹਨੂੰ ਮੇਰੇ ਅੱਗੇ ਪਿੱਛੇ ਢੋਈ ਕਿੱਥੇ ਮਿਲਣੀ ਹੈ ਬਿਆਦ ਨੂੰ ਜਿਹੜਾ ਸੱਚ ਨਾਲ ਟੁੱਟ ਗਿਆ ਢੋਈ ਕਿੱਥੇ ਮਿਲਣੀ ਅੱਗੇ ਪਿੱਛੇ ਢੋਈ ਨਹੀਂ ਨਾ ਅੱਗੇ ਢੋਈ ਹੈ ਦਰਗਾਹ ਚ ਨਾ ਇੱਥੇ ਢੋਈ ਪਿੱਛੇ ਢੋਈ ਹੈ ਠੀਕ ਹੈ ਜੀ ਗੁਰਸਿੱਖਾਂ ਨੇ ਬਚਾ ਲਿਆ ਢੋਈ ਨਹੀਂ ਇਸ ਕਰਕੇ ਉਹਨਾਂ ਨੇ ਇਹ ਗੱਲ ਤੇ ਖਤਰੇ ਤੋਂ ਡਰ ਭਾਵੇਂ ਭਗਤ ਨਾ ਹੋਏ ਤੇਰੀ ਇਹ ਪਾਇਆ ਉਹਨਾਂ ਨੂੰ ਢੋਈ ਵੀ ਸਾਨੂੰ ਮਿਲਣੀ ਸੀ ਤਾਂ ਉਹ ਕਰਦੇ ਗਏ ਗੁਰਮਤਿ ਗ੍ਰਹਿਣ ਉਹਨਾਂ ਨੇ ਬਚਾ ਲਿਆ ਸੱਚ ਦੇ ਵੀ ਢੋਈ ਦੀ ਬਿਲਣੀ ਕਿਤੇ ਉਹ ਤੇ ਭੈ ਤੋਂ ਡਰੇ ਹੋਏ ਤਾਂ ਗੁਰਮਤਿ ਨਾਲ ਜੁੜਦੇ ਨੇ ਜੇ ਭੈ ਪੈ ਜਵੇ ਤਾਂ ਫਿਰ ਜਮ ਤਾਂ ਬਹੁਤ ਹੀ ਰਹਿੰਦਾ ਕੋਈ ਹੋਰ ਭੈ ਰਹਿੰਦਾ ਹੀ ਨਹੀਂ ਸੰਸਾਰੀ ਸਤਿਗੁਰੂ ਨੂੰ ਜੋ ਮਿਲੇ ਤੇਈ ਜਨ ਉਭਰੇ
ਜਿਨ ਹਿਰਦੈ ਨਾਮ ਸਮਾਰਿਆ। ਸਤਿਗੁਰੂ ਨੂੰ ਜਿਹੜੇ ਮਿਲ ਕੇ ਸਤਿਗੁਰੂ ਨਾਲ ਇੱਕ ਮਿੱਟ ਹੋ ਕੇ ਸਤਿਗੁਰ ਦੇ ਸੁਭਾਅ ਵਰਗਾ ਆਪਣਾ ਸੁਭਾਅ ਢਾਲ ਲਿਆ। ਜੋ ਸਤਿਗੁਰ ਦਾ ਸੁਭਾਅ ਹੈ, ਜੋ ਸਤਿਗੁਰ ਚਾਹੁੰਦਾ ਹੈ ਉਹ ਚੱਲਦੇ ਨੇ। ਬਸ ਜਿਹੜੇ ਮਿਲ ਕੇ ਇੱਕ ਹੋ ਗਏ, ਜਿਨ ਹਿਰਦੈ ਨਾਮ ਸਮਾਰ ਹੋ ਗਏ, ਉਹਨਾਂ ਦੇ ਹਿਰਦੇ ਚ ਨਾਮ ਜਿਹੜਾ ਹੈ ਨਾਮ ਨੇ ਉਹਨਾਂ ਦਾ ਹਿਰਦਾ ਉਜਲਾ ਕਰਤਾ, ਸੁਧਾਰਤਾ, ਜੋ ਉਹਨਾਂ ਦੇ ਅੰਦਰ ਗਲਤੀਆਂ ਦੀਆਂ ਔਗਣ ਤੇ ਸਾਰੇ ਮਿਟਾ ਦਿੱਤੇ। ਸਮਾਜ ਨਾਲ ਉਹਨਾਂ ਦੇ ਔਗਣ ਕੱਟੇ ਗਏ, ਔਗਣ ਦੂਰ ਕਰਤੇ, ਉਹਨਾਂ ਦੇ ਅੰਦਰੋਂ ਹਨੇਰਾ ਭਰਮ ਦਾ ਚੱਕ ਦਿੱਤਾ। ਨਾਨਕ ਕੇ ਗੁਰਸਿੱਖ ਪੁੱਤੋ ਹਰ ਜਪਿਓ ਹਰ ਨਿਸਤਾਰ। ਜਿਹੜੇ ਗੁਰਸਿੱਖ ਨੇ ਸਾਰੇ ਪਰਮੇਸ਼ਰ ਦੇ ਪੁੱਤ ਨੇ ਸਾਰੇ, ਤੇ ਭਾਈ ਨੇ ਤਾਂ ਹੀ ਭਾਈ ਨੇ ਨਾ, ਇੱਕ ਪਿਤਾ ਇੱਕ ਸਿਆਮ ਪਾਰਕ। ਠੀਕ ਹੈ, ਜਿੱਦੇ ਗੁਰਸਿੱਖ ਨੇ, ਜਿੱਦੇ ਭਗਤ ਨੇ, ਜਿੱਦੇ ਗੁਰਮੁਖ ਨੇ, ਸਾਰੇ ਇੱਕ ਪਿਤਾ ਇੱਕ ਸਿਆਮ ਪਾਰਕ ਨੇ। ਉਹ ਤਾਂ ਸਾਰੀ ਸੰਸਾਰ ਨੂੰ ਇੱਕ ਪਿਤਾ ਇੱਕ ਸਿਆਮ ਪਾਰਕ ਬੁੱਧੇ ਨੇ ਕਹਿੰਦੇ ਨੇ, ਪਰ ਸੰਸਾਰ ਨੂੰ ਹਾਲੇ ਇਸ ਗੱਲ ਦੀ ਸਮਝ ਨਹੀਂ ਹੈ ਸੰਸਾਰੀ ਲੋਕਾਂ ਨੂੰ। ਇਸ ਕਰਕੇ ਅੱਡਾ ਅੱਡ ਬਣਾਈ ਬੈਠੇ ਹਾਂ ਅਸੀਂ ਸੰਸਾਰੀ ਬੋਲੀ ਚ ਮਾਤਾ ਪਿਤਾ, ਜਿਹੜੇ ਸਰੀਰ ਦੇ ਤਲ ਤੇ ਜਿਉਂਦੇ ਨੇ, ਜਿਹੜੇ ਆਤਮਾ ਦੇ ਤਲ ਤੇ ਜਿਉਂ ਸਮੇਂ ਦੇ ਤੇਰੇ ਗੱਲ ਨੂੰ ਫਿਰ ਗੱਲ ਬਣਦੀ ਹੈ। ਹਰ ਜਪ ਲਿਓ, ਹਰ ਨੂੰ ਜਾਣ ਲਿਓ, ਤੁਹਾਡੇ ਅੰਦਰ ਜਿਹੜਾ ਤੁਹਾਡਾ ਗੂੜ ਹੈ ਹਰ, ਇਹਨਾਂ ਨੇ ਉਹ ਜਾਣ ਲਿਆ, ਜਪ ਲਿਆ, ਬਸ ਸਮਝ ਲਓ ਭਾਵ ਸਾਧਨ ਕਰ ਗਏ, ਉਹ ਦਵਾਰਕਾ ਰੂਪ ਹੋ ਗਏ। ਮਹੱਲਾ ਤੀਜਾ। ਓਮੈ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ, ਸਤਿਗੁਰ ਮਿਲੇ ਤਾਂ ਨਜ਼ਰ ਹੋਏ ਮਨਮੁਖ ਅੰਧ ਅੰਧਿਆਰ। ਸੰਸਾਰ ਭੁੱਲਿਆ ਹੋਇਆ ਕਿਉਂ, ਜਗ ਭੁੱਲਿਆ ਕਿਉਂ, ਫਿਰ ਰਹੋ ਵੀ ਮੇਰੀ ਅਕਲ ਬੜੀ ਹੈ, ਮੇਰਾ ਗਿਆਨ ਜ਼ਿਆਦਾ। ਹੋਵੇ ਜਗਤ ਭੁਲਾਇਆ, ਹੋਵੇ ਨੇ ਜਗਤ ਭੁਲਾਇਆ, ਕਿਉਂਕਿ ਹੋਵੇ ਨਾਵੇ ਨਾਲ ਵਿਰੋਧ ਹੈ, ਨਾਮ ਦੇ ਨਾਲ ਵਿਰੋਧ ਕੀ ਕਰਦੀ ਹੋਵੇ। ਜੇ ਉਹ ਨਾਮ ਨਾਲ ਵਿਰੋਧ ਹੋਵੇ ਦਾ ਹੈ, ਜਿਹੜਾ ਸਤ ਗਿਆਨ ਹੈ, ਜਿਹੜੇ ਲੋਕ ਮੰਨਦੇ ਨੇ ਵੀ ਜਿਹੜਾ ਹਰ ਗਿਆਨ ਹੈ, ਸਾਰੇ ਗਿਆਨਾਂ ਦੇ ਵਿੱਚ ਗਿਆਨ ਰਿਐਕਟ ਵੀ ਕਰਦੇ ਨੇ, ਜਿਹੜਾ ਗਿਆਨੀ ਹੁੰਦਾ ਨੇ ਉਤਾਰੀ ਹੋ ਜਾਂਦੇ ਨੇ, ਠੀਕ ਹੈ, ਸਾਰੇ ਗਿਆਨ ਉਤਾਰ ਹੋਊਗਾ, ਪਰ ਸਤ ਗਿਆਨ ਜਿਹੜਾ ਆਤਮ ਗਿਆਨ ਹੈ, ਇਹ ਵਾਲਾ ਹੰਤਾਰੀ ਨਹੀਂ ਹੁੰਦਾ। ਠੀਕ ਹੈ, ਕੋਈ ਐਸਾ ਕੋਈ ਸਾਬਤ ਕਰੇ ਵੀ ਇਹ ਸਤ ਗਿਆਨ ਹੈ ਜੀ, ਸੱਚ ਹੈ ਜੀ, ਸੱਚ ਬੋਲਣ ਵਾਲਿਆਂ ਨੂੰ ਵੀ ਇਹ ਕਹਿੰਦੇ ਰਹਿੰਦੇ ਉਤਾਰੀ ਦੇ ਕਹੇ ਦੇਣਾ ਤੇਰਾ ਕਹਾਂ। ਠੀਕ ਹੈ ਜੀ, ਕੁਛ ਅਜਾਮ ਹੀ ਲਾ ਦੇਣਾ, ਨਾਨਕ ਦੇ ਕੇ ਲਾਤਾ, ਭਗਤਾਂ ਤੇ ਵੀ ਲਾਤਾ, ਕੋਈ ਕਿਸੇ ਤੇ ਹੀ ਲਾ ਸਕਦਾ। ਪਰ ਰਿਐਲਿਟੀ ਇਹ ਹੈ ਕਿ ਉਹ ਸਾਬਤ ਕਰੇ ਵੀ ਜੋ ਨਾਨਕ ਨੇ ਕਿਹਾ ਗੁਰਬਾਣੀ ਦੇ ਕਿਹਾ ਸੱਚ ਨਹੀਂ ਹੈ, ਜਿੱਥੇ ਸੱਚ ਨਹੀਂ ਹੈ ਅਨਹੋਰ ਹੈ ਸੱਚ ਦੀ, ਉੱਥੇ ਪਰ ਜਿੱਥੇ ਸੱਚ ਉੱਥੇ ਪਰ ਹੋ ਹੀ ਨਹੀਂ ਸਕਦਾ। ਠੀਕ ਹੈ ਜੀ। ਹਮ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ, ਸਤਿਗੁਰ ਮਿਲੇ ਤਾਂ ਨਜ਼ਰ ਹੋਏ ਮਨਮੁਖ ਅੰਧ ਅੰਧਿਆਰ। ਦੁਰਮਤ ਨਾਲ ਜੁੜ ਕੇ ਵਿਖਿਆ ਵਿਕਾਰ ਨੇ, ਵਿਖਿਆ ਮਾਇਆ ਦੀ ਭੁੱਖ ਹੈ, ਪਰ ਵਿਕਾਰੀ ਨੇ ਸਾਰੇ ਔਗਣ ਆ ਗਏ ਮਾਇਆ ਦੇ ਸਾਰੇ। ਸਤਿਗੁਰ ਹੋਏ ਤਾਂ ਨਜ਼ਰ ਮਿਲੇ, ਕੋਈ ਸਤਿਗੁਰ ਹੋਵੇ ਸੰਸਾਰ ਦੇ ਵਿੱਚ ਤਾਂ ਕੋਈ ਦੱਸੇ ਸਮਝਾਵੇ ਤਾਂ ਉਹਦਾ ਜਗਤ ਦਾ ਹਨੇਰਾ ਦੂਰ ਹੋਵੇ। ਉਹਨਾਂ ਜਿਹੜਾ ਤਾਂ ਵਿਚਾਰੇ ਹਨੇਰੇ ਚ ਭਟਕਦੇ ਰਹਿੰਦੇ ਸੰਸਾਰੀ, ਜਿਹੜੇ ਚਾਹੁੰਦੇ ਵੀ ਹੋਣ ਉਹ ਵੀ ਭਟਕਦੇ ਰਹਿੰਦੇ ਨੇ ਗੁਰਬਾਣੀ ਦੇ ਖਾਤਰ। ਸਾਰੇ ਚਾਹੁੰਦੇ ਰਹੇ ਤੇ ਜੇ ਜਿਹੇ ਜੀ ਸਮਝ ਸੀ ਹੋਏ ਉਹ ਜੇ ਟੀਕੇ ਕਰ ਦਿੰਦੇ ਆਪਾਂ, ਉਹ ਜਾ ਕਰ ਲੈਂਦੇ ਜਿੰਨੀ ਹੁੰਦੀ ਹੈ। ਨਾਨਕ ਆਪੇ ਮੇਲ ਲਾਏ ਜਿਸ ਨੂੰ ਸ਼ਬਦ ਲਾਏ ਪਿਆਰ। ਨਾਨਕ ਆਪੇ ਮੇਲ ਲਾਏ ਜਿਸ ਨੂੰ ਸ਼ਬਦ ਲਾਏ ਪਿਆਰ, ਜਿਹਨੂੰ ਸ਼ਬਦ ਉਪਦੇਸ਼ ਗੁਰਬਾਣੀ ਦਾ ਪਿਆਰ ਲੱਗ ਜਾਵੇ, ਉਹ ਇੱਕ ਮਨ ਇੱਕ ਜਿਤ ਆਪੇ ਹੋ ਜਾਂਦਾ। ਹੋਰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ, ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ। ਪੌੜੀ। ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ, ਜਿਨ ਇੱਕ ਮਨ ਇੱਕ ਅਰਾਧਿਆ, ਤਿੰਨ ਕਾ ਕੰਧ ਨਾ ਕਬਹੂ ਛਿੱਜੈ। ਸੱਚ ਕੀ ਹੈ? ਹਾਂਜੀ, ਸੱਚ ਦੀ ਡੈਫੀਨੇਸ਼ਨ ਦੇਤੀ ਉਹਦੇ ਇੱਥੇ। ਸੱਚ ਨੂੰ ਪਹਿਲਾਂ ਹਜ਼ਮ ਕਰ ਤਲ, ਆਖਰ ਹੈ ਕੀ,
ਸੱਚੇ ਦੀ ਸਿਰ ਸਲਾਹ ਹੀ ਸੱਚ ਗੁਰਬਾਣੀ ਸਿਰ ਸਲਾਹ ਹੈ ਸੱਚੇ ਦੀ ਬਸ ਇਹ ਸੱਚ ਹੈ ਇਹਦੇ ਵਿੱਚੋਂ ਸੱਚ ਪੈਦਾ ਹੁੰਦਾ ਜਿਵੇਂ ਦੁੱਖਣ ਪ੍ਰਕਟ ਮਾਖਣ ਪਾਛੇ ਦੂਰ ਜਿਹੜਾ ਦੁੱਧ ਬਣਦਾ ਗੁਰਬਾਣੀ ਦਾ ਕਹਿੰਦੀ ਹੈ ਪ੍ਰਥਮ ਮਾਖਣ ਪਾਛੇ ਦੂਰ ਅਸੀਂ ਕਹਿੰਦੇ ਪਹਿਲਾਂ ਦੁੱਧ ਹੈ ਤਾਂ ਦੁੱਖਣ ਦੱਸ ਇਹ ਭੇਜ ਦਾ ਗੱਲ ਫਿਰ ਪਸ਼ੂ ਆ ਉਹਦੇ ਅੰਦਰ ਚਰਬੀ ਹੈ ਉਹ ਹੀ ਦੁੱਧ ਚਾ ਕੇ ਫੈਜ਼ਾ ਰੂਪ ਬਣ ਜਾਂਦੀ ਹੈ ਉਹ ਫਿਰ ਦੁੱਧ ਚੋਂ ਪ੍ਰਾਪਤ ਦਹੀਂ ਬਣਾ ਕੇ ਪ੍ਰਾਪਤ ਵੀ ਹੋ ਜਾਂਦੀ ਹੈ ਕਰੀਬ ਦੁੱਧ ਚੋਂ ਪ੍ਰਾਪਤ ਕਰ ਲੈਂਦੇ ਬਸ ਉਹ ਜੇ ਪਹਿਲਾਂ ਸੀ ਕਰੀਬ ਉਹ ਦੁੱਧ ਬਣਿਆ ਤਾਂ ਹੀ ਪ੍ਰਾਪਤ ਹੋਈ ਇਹਵੇਂ ਜੋ ਦਗਾ ਜੋ ਬਣਿਆ ਉਹ ਕਰੀਬ ਜਿਹੜਾ ਭੁੱਲ ਕੇ ਦੱਸਿਆ ਸ਼ਬਦ ਹੈ ਗੁਰਬਾਣੀ ਪਾਣੀ ਸੀ ਉਹ ਮੱਖਣ ਕਰੀਬ ਸੀ ਗੁਰਬਾਣੀ ਹੈ ਦੁੱਧ ਹੈ ਪ੍ਰਥਮੇ ਮੱਖਣ ਸੀ ਜਿਹੜੇ ਕੋਲ ਮੱਖਣ ਸੀ ਭਗਤਾਂ ਕੋਲ ਮੱਖਣ ਮਿਲਿਆ ਸੀ ਤੇ ਸਾਨੂੰ ਦੱਸ ਕੇ ਦੱਸਿਆ ਜੋ ਕਿਹਾ ਤਾਂ ਇਹ ਦੁੱਧ ਹੈ ਉਹਨੇ ਤੋਂ ਮੱਖਣ ਪ੍ਰਾਪਤ ਹੋ ਸਕਦਾ ਹੈ ਕੀਤਾ ਜਾ ਸਕਦਾ ਸੱਚੇ ਜੋ ਪ੍ਰਾਪਤ ਹੋ ਸਕਦਾ ਕੀਤਾ ਜਾ ਸਕਦਾ ਹੈ ਸੱਚੇ ਕੀ ਸਿਫਤਸਲਾਹ ਚੋਂ ਹੀ ਸੱਚ ਪ੍ਰਾਪਤ ਦੀ ਪ੍ਰਾਪਤੀ ਹੁੰਦੀ ਹੈ ਸੱਚ ਦਾ ਗਿਆਨ ਹੋਣ ਹਾਂਜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੈ ਉਹ ਸਿਫਤਸਲਾਹ ਕਰਦਾ ਜਿਹੜਾ ਸੱਚ ਵਿੱਚ ਭਿੱਜ ਜਵੇ ਜਿਹੜਾ ਸਿਫਤਸਲਾਹ ਕਰੂ ਉਹ ਭਿੱਜ ਜਾਂਦਾ ਚੱਪ ਗਿਆ ਹੋਇਆ ਸਿਫਤਸਲਾਹ ਕਰਦਾ ਦੋਏ ਗੱਲਾਂ ਕੋਈ ਠੀਕ ਹੈ ਜੀ ਜਿੰਨੀ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਧ ਨਾ ਕਬੂ ਛਿੱਜੈ ਜਿਹਨਾਂ ਨੇ ਇੱਕ ਮਨ ਇੱਕ ਹੋ ਕੇ ਅਰਾਧ ਲਿਆ ਉਹਨਾਂ ਦਾ ਕਦੇ ਵੀ ਚੀਜ਼ ਦਾ ਠੀਕ ਹੈ ਜੀ ਕਿੰਨਾ ਹੁੰਦਾ ਉਹਨਾਂ ਦੇ ਅੰਦਰ ਭਰਮ ਪੈਦਾ ਹੀ ਨਹੀਂ ਹੁੰਦਾ ਉਹਨਾਂ ਦੇ ਅੰਦਰ ਜੋਤ ਪੂਰਨ ਜੋਤ ਜਗਾ ਘਟਣਾ ਉਹਨਾਂ ਦੇ ਹਿਰਦੇ ਚ ਪੂਰਨ ਜੋਤ ਹਰ ਵਕਤ ਪ੍ਰਗਟ ਰਹਿੰਦੀ ਹੀ ਰਹਿੰਦੀ ਹੈ ਪਰ ਉਹਦਾ ਪੈਦਾ ਹੀ ਨਹੀਂ ਹੋ ਸਕਦਾ ਜੇ ਪਰੰਪਰਾ ਦਾ ਉਹ ਛੱਡ ਜਾਂਦਾ ਫਿਰ ਉਹ ਅੱਛਾ ਚੱਲਣ ਘਟ ਜਾਂਦਾ ਅਸਲ ਚ ਕੰਧ ਦਾ ਮਤਲਬ ਤੇ ਰੋਲ ਤਾਲ ਬੋਲਦੇ ਕੰਧ ਖੜੀ ਹੁੰਦੀ ਹੈ ਨਾ ਰੋਲ ਠੀਕ ਹੈ ਜੀ ਉਹਨਾਂ ਦੀ ਰੋਲ ਤਾਂ ਤੋਂ ਨਹੀਂ ਹੁੰਦੀ ਕਦੇ ਠੀਕ ਹੈ ਜੀ ਹਾਂਜੀ ਧੰਨ ਧੰਨ ਪੁਰਖ ਸ਼ਾਬਾਸ਼ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿੱਜੈ ਹਾਂ ਧੰਨ ਤੋਂ ਪੁਰਖ ਹੈ ਸ਼ਾਬਾਸ਼ ਉਸ ਪੁਰਖ ਦੇ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿੱਜੈ ਜਿਹਨਾਂ ਦੀ ਸੱਚ ਨਾਲ ਰਸਨਾ ਪਿੱਜੀ ਰਹਿੰਦੀ ਹੈ ਜਿਹੜੇ ਜਿਹਨਾਂ ਦੇ ਅੰਦਰੋਂ ਸੱਚ ਨਿਕਲਦਾ ਰਹਿੰਦਾ ਹੈ ਉਹਨਾਂ ਦੀ ਆਤਮਾ ਹਰ ਵਕਤ ਸੱਚ ਚ ਡੁੱਬੀ ਰਹਿੰਦੀ ਹੈ ਪਿੱਜੀ ਰਹਿੰਦੀ ਹੈ ਰਸਨਾ ਤੋਂ ਭਾਵ ਬੁੱਧੀ ਹੋ ਗਈ ਜੀ ਆਤਮਾ ਕਹਿ ਲੋ ਚਾਹੇ ਬੁੱਧੀ ਕਹਿ ਲੋ ਕੋਈ ਗੱਲ ਸੱਚ ਸੱਚਾ ਜਿਨ ਮਨ ਭਾਵਦਾ ਤੇ ਮਨ ਸੱਚੀ ਦਰਗਾਹ ਜੈ ਜਿਹਨੇ ਮਨ ਨੂੰ ਸੱਚ ਭਾ ਗਿਆ ਚੰਗਾ ਲੱਗ ਗਿਆ ਸੱਚ ਸੱਚਾ ਆ ਗਿਆ ਸੱਚ ਮਿੱਠਾ ਲੱਗ ਗਿਆ ਕੌੜਾ ਵੀ ਤਾਂ ਸੱਚ ਕੌੜਾ ਲੱਗਦਾ ਨਾ ਹਾਂਜੀ ਤੇ ਭਾ ਗਿਆ ਸੱਚ ਜੇ ਗੁਰਬਾਣੀ ਮਿੱਠੀ ਲੱਗ ਗਈ ਤੇ ਮਨ ਸੱਚੀ ਦਰਗਾਹ ਲਿੱਜੈ ਉਹ ਸੱਚੀ ਦਰਗਾਹ ਨੂੰ ਜਗਾ ਮਿਲ ਜਾਂਦੀ ਠੀਕ ਹੈ ਜੀ ਕੋ ਸੱਚੀ ਦਰਗਾਹ ਤੱਕ ਆਪਣੀ ਜਗ੍ਹਾ ਬਣਾ ਲੈਂਦਾ ਧੰਨ ਧੰਨ ਜਨਮ ਸਚਿਆਰਿਆਂ ਮੁਖ ਉਜਲ ਸੱਚ ਕਰੀਜੈ ਕਰਤਾ ਜਨਮ ਹੈ ਜਿਹੜੇ ਸਚਿਆਰੇ ਹੋ ਗਏ ਬਰਦਾ ਦਾ ਜਨਮ ਜਿਹੜਾ ਸਫਲਾ ਹੋ ਗਿਆ ਆਪ ਮੁਖ ਉਜਲ ਫੇਰ ਆ ਗਿਆ ਮੁਖ ਉਜਲ ਸੱਚ ਉਹਨਾਂ ਦਾ ਸੱਚ ਦੇ ਮੁਖ ਉਜਲ ਕਰਤਾ ਉਜਲਾ ਹੀ ਰਹਿਣਾ ਹਾਂਜੀ